ਹੁਣ ਕੀ ਗੱਲ ਹੋ ਗਈ, ਕਿਸ ਗੱਲ ਨੂੰ ਲੈ ਕੇ ਨਾਰਾਜ਼ਗੀ ਹੋ ਗਈ? ਨਾਰਾਜ਼ਗੀ ਤਾਂ ਨਹੀਂ ਕਿਸੇ ਗੱਲ ਦੀ, ਸਰਕਾਰਾਂ ਮੰਨਦੀਆਂ ਮੋਰਚਿਆਂ ਨਾਲ ਨੇ ਗੱਲਬਾਤ ਦੇ ਵਿੱਚ ਸਾਰੀਆਂ ਮੰਗਾਂ ਪ੍ਰਵਾਨ ਤਾਂ ਕਰਨੀਆਂ, ਸਾਡੇ ਹੱਥ 'ਚ ਤਾਂ ਕੁਛ ਵੀ ਨਹੀਂ ਆਇਆ। ਤੁਹਾਨੂੰ ਐਤਵਾਰ ਕਿਉਂ? 36 ਸਾਲ ਦਾ ਤਜਰਬਾ, ਸਰਕਾਰ ਜੇ ਸਾਨੂੰ ਹੱਥ ਦਿੰਦੀ ਹੈ ਉਹ ਸਾਡਾ ਹੈ, ਜਿਹੜਾ ਕੁਛ ਉਹਨੇ ਹਾਂ ਕੀਤਾ ਹੁੰਦਾ ਉਹ ਫਿਰ ਉਹਨਾਂ ਦਾ ਹੀ। ਕਿਆ ਇਹ ਨਹੀਂ ਹੋ ਸਕਦਾ ਵੀ ਕਾਲੀ ਬੇਨ ਦੀ ਤਰ੍ਹਾਂ ਆਪਾਂ ਕਿਸੇ ਦਿਨ ਉੱਠ ਕੇ ਐਂ ਜਾਈਏ ਤੇ ਬੁੱਢਾ ਨਾਲਾ ਸਾਫ਼ ਹੋ ਜਾਵੇ? ਤੁਹਾਡੇ ਇੱਕ ਦਿਨ ਦੇ ਹਿਸਾਬ ਨਾਲ ਤੁਸੀਂ ਪਿੱਠ ਨੂੰ ਉਸੇ ਵੇਲੇ ਫਿਰ ਗੰਦਾ ਹੋ ਜਾਣਾ ਤਾਂ। ਇਸ ਗੱਲ ਦੇ ਪੱਖ 'ਚ ਹੋ ਕਿ ਕਿਸਾਨ ਨੂੰ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ ਬਜਾਏ ਕਿ ਪਾਣੀ ਮੱਚ ਕੇ ਜਿਸ ਤਰ੍ਹਾਂ ਕਰਦੇ ਆ ਉਸ ਤਰ੍ਹਾਂ ਧਾਨ ਲਾਉਣ ਦੀ ਬਜਾਏ? ਪਾਣੀ ਦਾ ਮਸਲਾ ਹੈ, ਫਿਰ ਗਾਂ ਖਰੀਦ ਦਾ ਮਸਲਾ ਹੈ, ਫਿਰ ਪਹਾ ਪਰਾਲੀ ਫੂਕਣ ਦਾ ਮਸਲਾ ਹੈ, ਇਹ ਸਾਰੇ ਝੰਜਟਾਂ 'ਚੋਂ ਸਾਨੂੰ ਕੱਢ ਲਓ। ਝੋਨਾ ਤੁਸੀਂ ਬੰਦ ਹੀ ਕਰਵਾ ਦਿਓ, ਆਪਾਂ ਬਾਸਪਤੀਆਂ ਦੇ ਰੇਟ ਦੇ ਦਿਓ। ਕੁਝ ਲੋਕ ਆਏ, ਉਹਨਾਂ ਨੇ ਕਿਹਾ ਜੀ ਸਾਨੂੰ ਦਿੱਕਤ ਹੁੰਦੀ ਹੈ ਇੱਥੇ ਧਰਨਾ ਪ੍ਰਦਰਸ਼ਨ ਕਰਨ ਨਾਲ, ਤੁਹਾਡਾ ਕੀ ਜਵਾਬ ਸੀ ਉਹਨਾਂ ਲਈ? ਹੱਥ ਬੰਨ ਕੇ ਕਿਹਾ ਵੀ ਸਾਡੇ ਸਿਰ ਤੇ ਪੈਰ ਰੱਖ ਕੇ ਚੱਲੋ ਜੀ ਮਹਾਰਾਜ। ਜਦ ਤੱਕ ਇੱਥੇ ਕਾਰਖਾਨੇ ਨਹੀਂ ਲੱਗਣਗੇ ਨੌਕਰੀ ਕਿੱਥੋਂ ਦੇਗੀ ਸਰਕਾਰ? ਕਾਰਖਾਨੇ ਇੰਡਸਟਰੀਆਂ ਲਾ ਲੈਣਾ, ਸਰਕਾਰ ਲਾਵੇ। ਸਰਕਾਰ ਦੇ ਪੱਲੇ ਤਾਂ ਪੈਸੇ ਹੀ ਨਹੀਂ, ਉਹ ਬਾਹਰ ਦੇ ਬੰਦੇ ਹੀ ਆ ਕੇ ਪੈਸੇ ਲਾਉਣਗੇ ਨਾ। ਨਹੀਂ ਫਿਰ ਸਰਕਾਰ ਕਾਹਦੇ ਖਾਤਰ ਹੈ ਜੇ ਇਹ ਸਭ ਚੀਜ਼ਾਂ ਇੰਨੀਆਂ ਆਸਾਨ ਹੈ, ਤੇ ਕਿਉਂ ਕਿਸਾਨ ਜਥੇਬੰਦੀਆਂ ਚੋਣ ਜਿੱਤ ਕੇ ਆਪ ਫੈਸਲੇ ਨਹੀਂ ਕਰ ਲੈਂਦੇ? ਸਾਰੇ ਕੰਮ ਸਾਰੇ ਇੱਕ ਇਦਾਰੇ ਨੇ ਨਹੀਂ ਕਰਨੇ ਹੁੰਦੇ। ਮੁਕਾਈਏ ਕਿਵੇਂ ਇਹਨੂੰ ਗੱਲ? ਸਾਡੀ ਕਦੇ ਵੀ ਦੀਵਾਲੀ ਘਰ ਨਹੀਂ ਮੰਨੀ, ਹੁਣ ਵੀ ਮੈਨੂੰ ਲੱਗਦਾ ਵੀ ਸੜਕਾਂ ਤੇ ਆਉਣੀ ਹੈ। ਜੇ ਉਹ ਮਨਾਉਣਾ ਚਾਹੁਣ ਇੱਕ ਮਿੰਟ ਦੇ ਵਿੱਚ ਕਰਕੇ ਦਸਖਤ ਮਾਰਨ ਤੇ ਆ ਚੱਕੋ ਜੀ, ਤੁਹਾਡੀਆਂ ਮੰਗਾਂ ਪ੍ਰਵਾਨ ਹੋ ਗਈਆਂ, ਤੁਹਾਨੂੰ ਲਿਖ ਕੇ ਦੇਤੀਆਂ। ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਅੰਦੋਲਨ ਨੂੰ ਮੁੱਕੇ ਹਲੇ ਇੱਕ ਸਾਲ ਵੀ ਨਹੀਂ ਹੋਇਆ, ਲੇਕਿਨ ਦਿੱਲੀ ਤੋਂ ਦੂਰ ਪੰਜਾਬ ਦੇ ਸੰਗਰੂਰ 'ਚ ਇੱਕ ਹੋਰ ਮੋਰਚਾ ਲੱਗ ਗਿਆ ਹੈ। ਇਸ ਵਾਰ ਨਾਰਾਜ਼ਗੀ ਅਤੇ ਗੁੱਸਾ ਕੇਂਦਰ ਦੇ ਖਿਲਾਫ਼ ਘੱਟ ਅਤੇ ਸੂਬਾ ਸਰਕਾਰ ਦੇ ਖਿਲਾਫ਼ ਜ਼ਿਆਦਾ ਹੈ। ਇਸ ਵਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੰਗਰੂਰ 'ਚ ਚੀਫ ਮਿਨਿਸਟਰ ਭਗਵੰਤ ਮਾਨ ਦੇ ਘਰ ਦੀ ਘੇਰਾਬੰਦੀ ਕੀਤੀ ਗਈ ਹੈ। ਸਾਡੇ ਨਾਲ ਮੁਗਦੀ ਗੱਲ 'ਚ ਅੱਜ ਮੌਜੂਦ ਨੇ ਜੋਗਿੰਦਰ ਸਿੰਘ ਉਗਰਾਹਾਂ। ਹੁਣ ਕੀ ਗੱਲ ਹੋ ਗਈ, ਕਿਸ ਗੱਲ ਨੂੰ ਲੈ ਕੇ ਨਾਰਾਜ਼ਗੀ ਹੋ ਗਈ? ਨਾਰਾਜ਼ਗੀ ਤਾਂ ਨਹੀਂ ਕਿਸੇ ਗੱਲ ਦੀ, ਸਰਕਾਰ ਤੋਂ ਮੰਗ ਕਰ ਲੈਣੀ, ਇਹਦੇ ਨਾਲ ਨਾਰਾਜ਼ਗੀ ਦਾ ਇਜ਼ਹਾਰ ਤਾਂ ਨਹੀਂ ਹੁੰਦਾ। ਸਰਕਾਰਾਂ ਮੰਨਦੀਆਂ ਮੋਰਚਿਆਂ ਨਾਲ ਨੇ, ਸਾਡੀ 7 ਤਰੀਕ ਨੂੰ ਗੱਲਬਾਤ ਹੋਈ ਹੈ ਭਗਵੰਤ ਮਾਨ ਜੀ ਨਾਲ। ਪਹਿਲੀ ਗੱਲ ਤਾਂ ਸਾਡੀ ਗੱਲਬਾਤ ਵਾਸਤੇ ਤਿਆਰ ਨਹੀਂ ਸੀ, ਅਸੀਂ ਮੰਗਾਂ ਦਾ ਪਹਿਲਾਂ ਮੰਗਾਂ ਰੱਖੀਆਂ ਨੇ, ਅਤੇ ਫਿਰ ਜੇ ਅਸੀਂ ਮੋਰਚੇ ਦਾ ਐਲਾਨ ਕੀਤਾ ਇੱਥੇ ਲਾਉਣ ਦਾ ਤਾਂ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਗੱਲਬਾਤ ਦੇ ਵਿੱਚ ਸਾਰੀਆਂ ਮੰਗਾਂ ਪ੍ਰਵਾਨ ਤਾਂ ਕਰਨੀਆਂ, ਹਾਂ ਜੀ ਇਹ ਠੀਕ ਹੈ ਤੁਹਾਡੀ ਗੱਲ, ਤਾਂ ਕਿਸੇ ਤੋਂ ਨਹੀਂ ਜਵਾਬ ਦਿੱਤਾ ਮੁੱਖ ਮੰਤਰੀ ਸਾਹਿਬ ਨੇ, ਜਿਸੀ ਕਿਸੇ ਗੱਲ 'ਤੇ ਵੀ ਘੰਟਾ ਪਰਸ ਨਹੀਂ ਹੋਈ, ਸਾਡੇ ਹੱਥ 'ਚ ਤਾਂ ਕੁਛ ਵੀ ਨਹੀਂ ਆਇਆ। ਤੁਹਾਨੂੰ ਐਤਵਾਰ ਕਿਉਂ ਨਹੀਂ? ਇਹ ਨਹੀਂ ਵੀ ਸਾਨੂੰ ਉਹਨਾਂ 'ਤੇ ਐਤਵਾਰ ਨਹੀਂ, ਜਿੰਨੀਆਂ ਸਰਕਾਰਾਂ ਨੇ ਹੁਣ ਤੱਕ, ਇਹ ਕਿਹੜਾ ਸਾਡਾ 38 ਸਾਲ ਦਾ ਤਜਰਬਾ, ਸਰਕਾਰ ਜੇ ਕੁਛ ਸਾਨੂੰ ਹੱਥ 'ਚ ਦੇ ਦਿੰਦੀ ਹੈ ਉਹ ਸਾਡਾ ਹੈ, ਜਿਹੜਾ ਕੁਛ ਉਹਨੇ ਹਾਂ ਕੀਤਾ ਹੁੰਦਾ ਉਹ ਫਿਰ ਉਹਨਾਂ ਦਾ ਹੀ ਹੈ। ਜਿਵੇਂ ਹੁਣ ਕੇਂਦਰ ਦੇ ਵਿੱਚ ਅਸੀਂ ਆਏ ਹਾਂ, ਜਿਹੜੀਆਂ ਮੰਗਾਂ ਤਾਂ ਸਾਨੂੰ ਦੇਤੀਆਂ ਕਾਨੂੰਨ ਵਾਪਸੀ ਵਾਲੀਆਂ ਪਾਰਲੀਮੈਂਟ ਦੇ ਵਿੱਚੋਂ ਪਾਸ ਹੋ ਗਈਆਂ, ਉਹ ਤਾਂ ਸਾਡੇ ਹੱਥ 'ਚ ਨੇ। ਜਿਹੜੀਆਂ ਦਿੱਲੀ ਸਰਕਾਰ ਨੇ ਸਾਨੂੰ ਕਿਹਾ ਸੀ ਵੀ ਆਹ ਕੇਸ ਵਾਪਸ ਕਰ ਲਾਂਗੇ, ਆ ਖੇਤੀਬਾੜੀ MSP ਕਾਨੂੰਨ ਬਣਾ ਦਿਆਂਗੇ, ਲੇਕਿਨ ਪੁਰਖੀਰੀ ਦਾ ਮਸਲਾ ਹੱਲ ਕਰ ਦਿਆਂਗੇ, ਉਹ ਵੀ ਸਟੈਂਡ ਕਰਦੀਆਂ ਨੇ, ਉਹਨਾਂ ਵਾਸਤੇ ਲੜਨਾ ਪੈ ਰਿਹਾ। ਇਸ ਕਰਕੇ ਇਹ ਭਰੋਸਾ ਨਹੀਂ ਕੀਤਾ ਜਾ ਸਕਦਾ, ਜਿੰਨੀਆਂ ਵੀ ਸਰਕਾਰਾਂ ਹੁਣ ਤੱਕ ਆਈਆਂ ਨੇ ਸਾਡੇ 40 ਸਾਲ ਦੇ ਅਰਸੇ 'ਚ, ਪਹਿਲਾਂ ਉਹਨਾਂ ਤੋਂ ਮੰਗ ਮੰਗਵਾਉਣੀ ਪੈਂਦੀ ਹੈ, ਮਗਰੋਂ ਲਾਗੂ ਕਰਾਉਣੀ ਪੈਂਦੀ ਹੈ। ਦਿੱਲੀ ਵਾਲਾ ਗੁੱਸਾ ਇੱਧਰ ਤੁਸੀਂ ਪੰਜਾਬ ਵਾਲੀ ਸਰਕਾਰ 'ਤੇ ਤਾਂ ਨਹੀਂ ਕੱਢ ਰਹੇ? ਨਾ, ਦਿੱਲੀ ਵਾਲੀ 'ਤੇ ਗੁੱਸਾ ਸੀ, ਨਾ ਇਹਨਾਂ 'ਤੇ ਗੁੱਸਾ ਸਾਡਾ, ਕਿਰਤੀ ਗਰੀਬ ਲੋਕਾਂ ਦਾ ਕਾਹਦਾ, ਕਿਸੇ ਸਰਕਾਰ 'ਤੇ ਗੁੱਸਾ ਹੁੰਦਾ ਸਾਡੇ ਤਾਂ ਰੋਸ ਹੁੰਦੇ ਨੇ, ਉਹ ਸਾਡਾ ਜਮਹੂਰੀ ਹੱਕ ਹੈ ਰੋਸ ਕਰਨਾ, ਉਹ ਅਸੀਂ ਕਰ ਰਹੇ ਹਾਂ। ਤੁਸੀਂ ਮਾਲਵੇ 'ਚ 69 'ਚੋਂ 66 ਸੀਟਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੇਤੀ, ਗੜ੍ਹ ਹੈ ਮਾਲਵਾ ਤੁਹਾਡਾ ਵੀ ਅਤੇ ਆਮ ਆਦਮੀ ਪਾਰਟੀ ਦਾ ਵੀ, ਅਤੇ 6 ਮਹੀਨਿਆਂ 'ਚ ਐਸਾ ਕੀ ਹੋ ਗਿਆ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਸਰਕਾਰ ਸਾਡੀਆਂ ਸ਼ਾਇਦ ਗੱਲਾਂ ਨਾ ਮੰਨੇ ਅਤੇ ਮੋਰਚਾ ਲਾ ਕੇ ਇਹ ਗੱਲਾਂ ਮੰਨੂਗੀ? ਇਹ ਮੈਂ ਇਸ ਬੇਇਤਬਾਰੀ ਦੀ ਵਜ੍ਹਾ ਜਾਣਨਾ ਚਾਹੁੰਦਾ। ਅਸੀਂ ਇਹ ਨਹੀਂ ਦਿੱਤੀਆਂ 66 ਸੀਟਾਂ, 66 ਤਾਂ ਲੋਕਾਂ ਨੇ ਦਿੱਤੀਆਂ ਨੇ, ਇਹਨਾਂ ਹੀ ਲੋਕਾਂ ਨੇ ਦਿੱਤੀਆਂ ਨਾ ਜਿਹੜੇ ਤੁਹਾਡੇ ਕੋਲ ਬੈਠੇ। ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ ਹੈ, ਫਿਰ ਤਾਂ ਉਹਨਾਂ ਦੇ ਲੋਕਾਂ 'ਤੇ ਤੁਸੀਂ ਇਹ ਵੀ ਸਵਾਲ ਕਰੋ ਵੀ 3 ਮਹੀਨਿਆਂ ਬਾਅਦ ਤੁਸੀਂ ਮਾਨ ਸਾਹਿਬ ਨੂੰ ਕਿਉਂ ਜਿੱਤਾ ਜਦੋਂ ਭਗਵੰਤ ਮਾਨ ਜਿੱਦਾਂ ਹੁੰਦਾ ਸੀ ਪਾਰਲੀਮੈਂਟ ਮੈਂਬਰ, 3 ਮਹੀਨਿਆਂ ਬਾਅਦ ਫਿਰ ਭਗਵੰਤ ਮਾਨ ਦੀ ਸਰਕਾਰ ਨੂੰ ਕੀ ਹੋਗਾ? ਤੁਸੀਂ ਦੱਸੋ ਕੀ ਨਾਰਾਜ਼ਗੀ ਹੋ ਗਈ? ਮੈਨੂੰ ਤਾਂ ਕੀ ਪਤਾ ਤਾਂ ਤੁਸੀਂ ਲੋਕਾਂ 'ਚ ਰਹਿੰਦੇ ਹੋ, ਲੋਕਾਂ ਦੀਆਂ ਮੰਗਾਂ ਨੇ ਜਿਹੜੀਆਂ ਲੋਕਾਂ ਦੀਆਂ ਆਸਾਂ 'ਤੇ ਪੂਰੀਆਂ ਨਹੀਂ ਉਤਰੇ, ਇਸ ਕਰਕੇ ਹੁਣ ਦੇਖੋ ਫਸਲੀ ਮਾਮਜਾ ਹੈ, ਜਿਹੜਿਆਂ ਨੇ ਮਾਰ ਕੀਤੀ ਹੈ, ਸੂੰਡੀ ਦੀ ਮਾਰ ਹੈ, ਪਹਿਲੀ ਸਰਕਾਰ ਨੇ ਮੰਨੀ ਹੋਈ ਸਰਕਾਰ ਹੈ, ਉਹ ਪੈਸੇ ਵੰਡਣੇ ਨੇ ਉਹ ਨਹੀਂ ਵੰਡੇ, ਭਾਰਤਮਾਲਾ ਪ੍ਰੋਜੈਕਟ ਦੇ ਜਬਰੀ ਜ਼ਮੀਨਾਂ ਨੱਪਣ ਦਾ ਮਸਲਾ ਹੈ, ਆਹ ਨਵੀਂ ਮਾਈਨਿੰਗ ਸਿਸਟਮ ਦਾ ਆ ਗਿਆ, ਪਰਾਲੀ ਦਾ ਆ ਗਿਆ, ਜੀਰੇ ਫੈਕਟਰੀ ਦਾ ਆ ਗਿਆ, ਪ੍ਰਦੂਸ਼ਣ ਦਾ ਆ ਗਿਆ, ਕਿੰਨੀਆਂ ਗੱਲਾਂ ਨੇ ਜਿਹੜੀਆਂ ਮਤਲਬ ਅਜੇ ਸਟੈਂਡ ਕਰ ਰਹੀਆਂ ਨੇ, ਉਹ ਗੱਲਾਂ ਵਾਜਬੀ ਨੇ, ਜਿੰਨੀਆਂ ਵੀ ਭਗਵੰਤ ਮਾਨ ਨਾਲ ਅਸੀਂ ਗੱਲਾਂ ਕੀਤੀਆਂ ਨੇ ਮੁੱਖ ਮੰਤਰੀ ਸਾਹਿਬ ਨਾਲ, ਉਹ ਉਹਨਾਂ ਨੇ ਕਿਹਾ ਵੀ ਵਾਜਬੀ ਨੇ ਸੋਦੀਆਂ ਗੱਲਾਂ ਠੀਕ, ਫਿਰ ਸਾਨੂੰ ਸਮਝ ਨਹੀਂ ਆ ਰਹੀ ਵੀ ਇਹਡਿਕਾ ਕਿਹੜੀ ਗੱਲ ਦਾ ਪੈ ਰਿਹਾ। ਸਰਕਾਰ ਇਹ ਵੀ ਕਹਿ ਰਹੀ ਹੈ ਕਿ ਗੰਨੇ ਦੇ ਇਹਨਾਂ ਨੂੰ ਸਾਰੇ ਪੈਸੇ ਦੇ ਦਿੱਤੇ ਅਸੀਂ, ਅੱਜ ਜਾ ਕੇ ਦੇਖ ਲਓ ਮੰਡੀਆਂ 'ਚ ਕਹਿੰਦੇ ਨਾਲ ਦੇ ਨਾਲ ਧਾਨ ਉੱਠ ਰਿਹਾ, ਨਾਲ ਦੇ ਨਾਲ ਪੈਸੇ ਆ ਰਹੇ ਹੈ, ਬਾਵਜੂਦ ਉਸ ਤੋਂ ਮੋਰਚਾ ਲਾ ਕੇ ਹਰ ਚੀਜ਼ ਦਾ ਪ੍ਰੈਸ਼ਰ ਬਣਾਉਣਾ ਵੀ ਠੀਕ ਨਹੀਂ ਹੈ ਉਹ ਕਹਿ ਰਹੇ? ਨਹੀਂ ਬਿਲਕੁਲ ਨਹੀਂ ਪ੍ਰੈਸ਼ਰ ਬਣਾ ਰਹੇ, ਦੇਖੋ ਪ੍ਰੈਸ਼ਰ
ਫਿਰ ਕੰਮ ਕੀ ਬੋਲਦਾ, ਫਿਰ ਤਾਂ ਲੋਕ ਬੋਲਣਗੇ, ਲੋਕ ਹੀ ਪੁੱਛਣਗੇ ਯਾਰ ਤੁਸੀਂ ਝੋਨੇ ਦੀ ਖਰੀਦ ਖਰੀਦ ਕਰੀ ਜਾਂਦੇ ਹੋ, ਝੋਨਾ ਤਾਂ ਖਰੀਦੀ ਜਾ ਰਹੇ ਨੇ, ਹੈ ਨਹੀਂ ਸਾਡੀ ਤਾਂ ਇਹ ਤਾਂ ਵੀ ਕੋਈ ਝੋਨੇ ਦਾ, ਅਸੀਂ ਦੱਸੋ ਕਦੇ ਸਟੇਜ ਤੋਂ ਸਾਡੀ ਸਟੇਟਮੈਂਟ ਕਿਸੇ ਇੰਟਰਵਿਊ ਦੇ ਵਿੱਚ ਅਸੀਂ ਕਿਹਾ ਹੋਵੇ ਝੋਨਾ ਆੜਿਆ ਪਿਆ, ਰੌਲਾ ਇਹ ਹੈ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਕੀ ਦਿੱਕਤ ਹੈ? ਉਹ ਤਾਂ ਕੇਂਦਰ ਸਰਕਾਰ ਨੇ ਦੇਣੇ ਪੈਸੇ, ਨਹੀਂ ਨਹੀਂ ਸੂਬਾ ਸਰਕਾਰ ਦਾ ਕੀ ਰੋਲ ਹੈ? ਤੁਹਾਨੂੰ ਇਹ ਭਲੇਕ ਹੈ, ਸੂਬਾ ਸਰਕਾਰ ਦਾ ਕਹਿੰਦੇ ਵੀ ਸਾਡੇ ਹੱਥ 'ਚ ਹੈ, ਸੂਬਾ ਸਰਕਾਰ ਦੇ ਅਧਿਕਾਰੀਆਂ ਨੇ ਗੱਲਬਾਤ 'ਚ ਮੰਨਿਆ ਵੀ ਅਸੀਂ ਕਰ ਸਕਦੇ ਹਾਂ ਕੀਮਤਾਂ 'ਚ ਵਾਧਾ ਘਟਾ, ਇਹ ਪੈਸੇ ਸਾਡੇ ਕੋਲ ਆਏ ਪਏ ਨਹੀਂ, ਸਾਨੂੰ ਅਧਿਕਾਰ ਹੈ ਵਧਾਉਣ ਦਾ, ਉਹ ਇਹ ਕਰ ਸਕਦੇ ਆ, ਇਹ ਗੱਲ ਤਾਂ ਫਿਰ ਸਾਨੂੰ ਕਹਿੰਦੇ ਨਾ ਵੀ ਇਹ ਤਾਂ ਕੇਂਦਰ ਦੀ ਹੈ ਜੀ, ਫਿਰ ਅਸੀਂ ਕੇਂਦਰ ਨਾਲ ਦੇਖ ਲੈਂਦੇ। ਸੂਬਾ ਸਰਕਾਰ ਨੇ ਇਹ ਪ੍ਰਵਾਨ ਕੀਤੇ, ਜਿਹੜੀ ਉੱਥੇ ਬਿਊਰੋਕਰੇਸੀ ਸੀ, ਚੀਫ ਪ੍ਰਿੰਸੀਪਲ ਸਕੱਤਰ ਸੀ ਕਿ ਮੁੱਖ ਸਕੱਤਰ ਸੀ, ਉਹਨਾਂ ਨੇ ਕਿਹਾ ਵੀ ਆਪਾਂ ਇਹ ਕਰ ਸਕਦੇ ਹਾਂ ਜੀ। ਲੇਕਿਨ ਉਹਨਾਂ ਨੂੰ ਇੱਕ ਜ਼ਮੀਨ ਦੇ ਹਿਸਾਬ ਨਾਲ ਜਿਹੜਾ ਸੈਂਟਰ ਗਵਰਨਮੈਂਟ ਨੇ ਪੈਸਾ ਦਿੱਤਾ ਹੋਣਾ, ਉਹ ਉਸੇ ਪੈਸੇ 'ਚੋਂ ਹੀ ਤੁਹਾਨੂੰ ਦੇ ਸਕਦੇ ਆ ਨਾ। ਉਹਨੂੰ ਮੰਨ ਲਓ ਜੇ ਉਹਨਾਂ ਨੂੰ ਮੁਆਵਜ਼ਾ ਮਿਲਿਆ ਹੋਏਗਾ ਜ਼ਮੀਨ ਦਾ 100 ਕਰੋੜ, ਉਹ ਤੁਹਾਨੂੰ ਉਹਨੂੰ 200 ਕਰੋੜ ਤਾਂ ਦੇ ਨਹੀਂ ਸਕਦੇ, ਇਹਨਾਂ ਦੇ ਪੱਲੇ ਤਾਂ ਪਹਿਲੇ ਪੈਸੇ ਹੈ ਨਹੀਂ। ਉਹਨਾਂ ਨੇ ਇਹ ਗੱਲ ਕਹੀ ਜਦੋਂ ਅਸੀਂ ਗੱਲ ਰੱਖੀ ਵੀ ਆ ਭਾਰਤਮਾਲਾ ਪ੍ਰੋਜੈਕਟ ਦੇ ਵਿੱਚ ਡਿਫਰੈਂਸ ਰੇਟ ਨੇ ਜੀ, ਇਹਦਾ ਮਸਲੇ ਦਾ ਹੱਲ ਕਿਵੇਂ ਕਰਨਾ, ਉਹ ਕਹਿੰਦੇ ਤਾਂ ਕੋਈ ਗੱਲ ਹੀ ਨਹੀਂ। ਹਾਂ ਸੱਚ ਮੁੱਚੀ ਮੁੱਖ ਮੰਤਰੀ ਸਾਹਿਬ ਨੇ ਆਪ ਉਦਾਹਰਨ ਦਿੱਤੀ ਹੈ ਯਾਰ, ਇੱਕ ਭਰਾ ਦੀ 12 ਲੱਖ ਏਕੜ ਨੂੰ ਕਿਲਾ ਲੈ ਰਹੇ ਹੋ ਤੁਸੀਂ, ਦੂਜੇ ਦਾ ਤੁਹਾਡਾ 1.5 ਕਰੋੜ ਦਾ ਲਿਆ ਹੋਇਆ, ਇੰਨਾ ਫਰਕ ਆ ਫੱਗੂਆਲ ਜੀ ਉਦਾਹਰਨ ਉਹਨਾਂ ਨੇ ਆਪ ਦਿੱਤੀ ਹੈ। ਜਾਨੀ ਫਿਰ ਅਧਿਕਾਰੀ ਮੂਡ ਮੇ ਰੂਪ 'ਚ ਇਹ ਬੋਲੇ ਨੇ ਵੀ ਇਹ ਤਾਂ ਆਪਾਂ ਕਰੀ ਸਕਦੇ ਹਾਂ ਜੀ, ਇਹ ਤਾਂ ਕੋਈ ਗੱਲ ਹੀ ਨਹੀਂ, ਪੈਸੇ ਆਪਣੇ ਕੋਲ ਨੇ। ਜਾਨੀ ਆਰਗੂਮੈਂਟ ਤਾਂ ਹੋਵੇ ਜੇ ਉਧਰਲੇ ਪਾਸੋਂ ਕੋਈ ਜਵਾਬ ਆਏ, ਉਧਰ ਤਾਂ ਹਾਂ। ਕੇਂਦਰ ਦਾ ਜਿਹੜਾ ਬਿਜਲੀ ਵੰਡ ਨਿੱਜੀਕਰਨ ਦਾ ਮਸਲਾ ਹੈ, ਉਹ ਤੁਹਾਨੂੰ ਲੱਗਦਾ ਹੈ ਕਿ ਸੂਬਾ ਸਰਕਾਰ ਨਾਲ ਚੱਕਣੀ ਮੰਗ ਜਾਇਜ਼ ਹੈ ਤੁਹਾਡੀ? ਸੂਬਾ ਸਰਕਾਰ ਇਹ ਤੇ ਸਹਿਮਤ ਹੋਈ ਹੈ, ਕੋਈ ਵੀ ਬਿਜਲੀ ਬਿੱਲ 2020 ਵਾਲਾ ਜੇ ਕੋਈ ਇਹਦੇ ਵਿੱਚ ਬਿਜਲੀ ਵੰਡ ਦਾ ਅਧਿਕਾਰ ਉਹਨਾਂ ਦੇ ਆਪਦੇ ਖੇਤਰ ਦੇ ਆਪਦੇ ਹੱਥ 'ਚ ਲੈਂਦੇ ਆ, ਡੈਮਾਂ ਨੂੰ ਆਪਦੇ ਹੱਥ 'ਚ ਲੈਂਦਾ ਕੇਂਦਰ, ਇਹਦੇ ਨਾਲ ਸੰਬੰਧਿਤ ਕੁਛ ਵੀ ਜੋ ਕੇਂਦਰ ਕਰ ਰਿਹਾ ਹੈ ਉਹ ਸੂਬਾ ਸਰਕਾਰ ਨਾਲ ਜੇ ਧੱਕਾ ਕਰਦਾ, ਤਾਂ ਅਸੀਂ ਵੀ ਸਮਝਦੇ ਹਾਂ ਵੀ ਸੂਬਾ ਸਰਕਾਰ ਨਾਲ ਕੀ ਜਨਤਾ ਨਾਲ ਧੱਕਾ, ਉਹ 'ਤੇ ਤਾਂ ਸੂਬਾ ਸਰਕਾਰ ਸਹਿਮਤ ਹੋਈ। ਮੇਨ 12 ਮੰਗਾਂ ਹੈ ਤੁਹਾਡੀਆਂ, ਉਹਨਾਂ 'ਚੋਂ ਕਈ ਮਸਲੇ ਐਸੇ ਵੀ ਹੈ ਜਿੱਦਾਂ ਬੁੱਢੇ ਨਾਲੇ ਨੂੰ ਜਿਹੜਾ ਹੋਰ ਗੰਦਲਾ ਕਰ ਰਹੇ ਹਾਂ, ਜਿਹਦੇ ਫੈਕਟਰੀਆਂ ਦਾ ਪਾਣੀ ਪੈ ਰਿਹਾ, ਜਾਂ ਸ਼ਰਾਬ ਫੈਕਟਰੀਆਂ ਨੂੰ ਹਟਾਉਣ ਲਈ, ਇਹ ਮਸਲੇ ਤਾਂ ਪਿਛਲੀਆਂ ਸਰਕਾਰਾਂ ਦੇ ਵੀ, ਬੁੱਢਾ ਨਾਲਾ ਕੋਈ ਹੁਣ ਤਾਂ ਬਣ ਨਹੀਂ ਗਿਆ 6 ਮਹੀਨੇ 'ਚ, ਹੁਣ ਇਹ ਮੰਗ ਇੰਨੀ ਜ਼ਿਆਦਾ ਜ਼ੋਰ ਕਿਉਂ ਫੜ ਰਹੀ ਹੈ? ਇਹ ਕਿਉਂਕਿ ਜਿਹੜੀ CM ਨਾਲ ਸਾਡੀ ਅਪ੍ਰੈਲ ਦੇ ਵਿੱਚ ਮੀਟਿੰਗ ਹੋਈ ਹੈ, ਉਹਨਾਂ ਨੇ ਪਾਣੀ ਵਾਲਾ ਇਸ਼ੂ ਲਿਆਂਦਾ ਵੀ ਧਰਤੀ ਹੇਠਲਾ ਪਾਣੀ ਮੁੱਕ ਰਿਹਾ। ਜਦੋਂ ਪਾਣੀ ਵਾਲਾ ਇਸ਼ੂ ਆਊਗਾ, ਪਾਣੀ ਧਰਤੀ ਖਤਮ ਕਿਉਂ ਹੋ ਰਿਹਾ ਉਹ ਵੀ ਇਸ਼ੂ ਨਾਲ ਜੁੜੂਗਾ, ਪਾਣੀ ਗੰਦਾ ਕੌਣ ਕਰ ਰਿਹਾ ਉਹ ਵੀ ਇਸ਼ੂ ਨਾਲ ਜੁੜੂਗਾ, ਪਾਣੀ 'ਤੇ ਸੰਸਾਰ ਦੀ ਪੋਲਿਸੀ ਕੀ ਹੈ ਉਹ ਵੀ ਨਾਲ ਜੁੜੂਗਾ। ਜਾਨੀ ਜਦੋਂ ਪਾਣੀ ਦਾ ਇਸ਼ੂ ਹੋਊਗਾ ਤਾਂ ਪਾਣੀ ਦੇ ਸਾਰੇ ਪੱਖ ਦੇਖ ਕੇ ਜਾਣਗੇ ਨਾ ਜੀ, ਐਂ ਤਾਂ ਹੈ ਨਹੀਂ ਵੀ ਪਾਣੀ ਤੁਸੀਂ ਪ੍ਰਦੂਸ਼ਣ ਵਾਲੇ ਮਸਲੇ ਤੋਂ ਗੱਲ ਕਰੋਗੇ ਇਕੱਲੇ 'ਤੇ, ਜਾਂ ਧਰਤੀ ਹੇਠਲਾ ਪਾਣੀ ਮੁੱਕ ਕਿਉਂਗਾ ਇਹ 'ਤੇ ਗੱਲ ਕਰੋਗੇ। ਜਦੋਂ ਧਰਤੀ ਹੇਠਲਾ ਪਾਣੀ ਮੁੱਕਣ ਦਾ ਮਸਲਾ ਹੋਊਗਾ ਤਾਂ ਗੰਦੇ ਪਾਣੀ ਦਾ ਮਸਲਾ ਵੀ ਹੋਊਗਾ, ਪਾਣੀ ਦੀ ਪਿੰਡਾਂ ਦੇ ਵਿੱਚ ਸਪਲਾਈ ਅਤੇ ਸਾਂਭ ਸੰਭਾਲ ਦਾ ਮਸਲਾ ਵੀ ਹੋਊਗਾ, ਸੰਸਾਰ ਬੈਂਕ ਦੀ ਪੋਲਿਸੀ ਦੇ ਬਾਰੇ ਕੀ ਕਹਿ ਰਹੀ ਹੈ ਉਹ ਮਸਲਾ ਵੀ ਉੱਠੂਗਾ। ਜਾਨੀ ਜਦੋਂ ਇਹ ਮਸਲਾ ਜੁੜਿਆ ਨਾ, ਫਿਰ ਅਸੀਂ ਤਾਂ ਇਹਦੇ 'ਤੇ ਐਕਸ਼ਨ ਕਰਕੇ ਹਟਿਆ 5 ਦਿਨਾਂ ਦਾ, ਅੱਜ ਤਾਂ ਪ੍ਰਦੂਸ਼ਣ ਬੁੱਢੇ ਨਾਲੇ ਵਾਲਾ ਵੀ ਲਿਆਂਦਾ, ਉਦੋਂ ਫੈਕਟਰੀਆਂ ਦਾ ਗੰਦਾ ਕੀਤਾ ਹੋਇਆ ਪਾਣੀ ਵੀ ਲਿਆਂਦਾ, ਜਿਹੜਾ ਫੈਕਟਰੀ ਵਾਲਾ ਵੀ ਵਿੱਚੀ ਸੀਗਾ ਉਦੋਂ, ਇਹ ਤਾਂ ਉਦੋਂ ਜੁੜ ਕੇ ਇਹਦੇ ਨਾਲ ਹੋਇਆ, ਇਹ ਨਹੀਂ ਵੀ ਬੁੱਢੇ ਨਾਲੇ ਦਾ ਪਾਣੀ ਕੋਈ ਹੁਣ ਗੰਦਾ ਹੋਇਆ, ਹੋ ਰਿਹਾ ਬਹੁਤ ਚਿਰ ਤੋਂ, ਚਰਚਾ ਬਹੁਤ ਚਿਰ ਤੋਂ ਹੈ। ਹੁਣ ਤੁਸੀਂ ਦੇਖੋ ਗੰਭੀਰ ਮਸਲਾ ਇਹ ਹੈ ਵੀ ਇਹ ਨਹੀਂ ਸਾਡਾ ਇਸ਼ੂ ਨਹੀਂ, ਇਹ ਤਾਂ ਪੰਜਾਬ ਦੀ ਕੁੱਲ ਜਨਤਾ ਦਾ ਇਸ਼ੂ ਹੈ। ਜੇ ਧਰਤੀ ਦਾ ਨਹਿਰਾਂ ਦਾ ਪਾਣੀ ਗੰਦਾ ਹੈ, ਦਰਿਆਵਾਂ ਦਾ ਪਾਣੀ ਗੰਦਾ ਹੋਇਆ ਹੈ, ਫਿਰ ਧਰਤੀ ਦਾ ਹੇਠਲਾ ਪਾਣੀ ਵੀ ਗੰਦਾ ਹੋ ਗਿਆ, ਫਿਰ ਇੱਕ ਦਿਨ ਸਵਾਲ ਉੱਠੂਗਾ ਵੀ ਪਾਣੀ ਪੀਏ ਫਿਰ ਕਿੱਥੋਂ? ਤੁਸੀਂ ਇੱਕ ਆਵਾਜ਼ ਮਾਰ ਦਿਓ, ਇੰਨੇ ਕਿਸਾਨ ਤੁਹਾਡੇ ਮਗਰ ਉੱਠ ਕੇ ਆ ਜਾਂਦੇ, ਕਿਆ ਇਹ ਨਹੀਂ ਹੋ ਸਕਦਾ ਵੀ ਕਾਲੀ ਬੇਈ ਦੀ ਤਰ੍ਹਾਂ ਆਪਾਂ ਕਿਸੇ ਦਿਨ ਉੱਠ ਕੇ ਐਂ ਜਾਈਏ ਅਤੇ ਬੁੱਢਾ ਨਾਲਾ ਸਾਫ਼ ਹੋ ਜਾਵੇ? ਇਹ ਤੁਹਾਨੂੰ ਲੱਗਦਾ ਵੀ ਲੱਖਾਂ ਦਾ ਇਕੱਠ 'ਚ ਜਾ ਕੇ ਦਰਿਆ ਦੇ ਆਲੇ ਦੁਆਲੇ ਬਹਿ ਜੇ ਅਤੇ ਸਾਰਾ ਸਾਫ਼ ਹੋ ਜੂਗਾ? ਸਫਾਈ ਦਾ ਕੰਮ ਫੜ ਲਈਏ ਆਪਾਂ ਆਪਣੇ ਹੱਥ 'ਚ, ਤਾਂ ਕਿ ਸਰਕਾਰ ਨੂੰ ਇਹ ਦਿਖਾਈਏ ਕਿ ਤੁਹਾਡੇ ਤੋਂ ਇਹ ਪੂਰੀ ਉਮਰ ਕੰਮ ਨਹੀਂ ਹੋਇਆ, ਆਹ ਅਸੀਂ ਕਰਕੇ ਦਿਖਾਵਾਂਗੇ। ਜੇ ਕਾਲੀ ਬੇਈ ਹੋ ਸਕਦੀ ਹੈ ਤਾਂ ਇਹ ਗੰਦੇ ਨਾਲੇ ਦੇ ਵਿੱਚ ਕੂੜਾ ਕਰਕਟ ਪਿਆ ਹੁੰਦਾ ਅਤੇ ਲੋਕ ਸਾਫ਼ ਕਰ ਦਿੰਦੇ, ਇੱਕ ਦਿਨ ਦੀ ਗੱਲ ਹੋਵੇ ਵੀ ਗੰਦਾ ਨਾਲਾ ਬਹੁਤ ਗੰਦਾ ਹੋਇਆ ਪਿਆ ਤਾਂ ਇੱਕ ਦਿਨ ਲੋਕਾਂ ਨੇ ਜਾ ਕੇ ਸਾਫ਼ ਕਰਨਾ, ਲੋਕਾਂ ਦੇ ਹੱਥ ਦੀ ਗੱਲ ਹੁੰਦੀ ਕਰ ਦਿੰਦੇ। ਗੰਦੇ ਨਾਲੇ 'ਚ ਤਾਂ ਰੋਜ਼ ਵੱਡੇ ਵੱਡੇ ਬੋਰ ਨੇ, 15-15 ਇੰਚੀਆਂ ਦੇ ਪਾਈਪ ਨੇ ਜਿਹੜੇ ਡੂੰਘੇ, ਉਹ ਪਾਣੀ ਸਿੱਟੀ ਜਾ ਰਹੇ ਨੇ ਤੁਹਾਡੇ ਇੱਕ ਦਿਨ ਦੇ ਸਾਫ਼ ਨਾਲ, ਤੁਸੀਂ ਇੱਕ ਪਿੱਠ ਘੁੰਮਾਓ ਉਸੇ ਵੇਲੇ ਫਿਰ ਗੰਦਾ ਹੋ ਜਾਣਾ। ਤਾਂ ਇਸ ਕਰਕੇ ਉਹ ਗੱਲ ਨਹੀਂ ਹੈ, ਇੰਡਸਟਰੀਆਂ ਦਾ ਜਿਹੜਾ ਪਾਣੀ ਹੈ, ਜਿਹੜਾ ਪ੍ਰਦੂਸ਼ਣ ਪ੍ਰੋਜੈਕਟ ਲਾਉਣਾ ਸੀ ਇੰਡਸਟਰੀਆਂ ਨੇ, ਜੇ ਟਰੀਟਮੈਂਟ ਵਾਸਤੇ ਪਾਣੀ ਦੇ ਟਰੀਟਮੈਂਟ ਪਲਾਂਟ ਨਹੀਂ ਲਾਏ ਹੋਏ ਇੰਡਸਟਰੀਆਂ ਨੇ, ਅਸਲ 'ਚ ਉਹ ਅਫਸਰ ਸ਼ਾਹੀ ਨਾਲ ਮਿਲ ਕੇ ਉਹ ਜਿਹੜਾ ਟਰੀਟਮੈਂਟ ਪਲਾਂਟ ਲੱਗਣਾ ਸੀ ਉਹ ਲੱਗਿਆ ਨਹੀਂ, ਅਤੇ ਉਹ ਪਾਣੀ ਬਜਾਏ ਟਰੀਟਮੈਂਟ ਪਲਾਂਟ ਦੇ ਵਿੱਚ ਸੁਧਾਰ ਕੇ ਸਪਲਾਈ ਕਰਕੇ ਲੋਕਾਂ ਨੂੰ ਦੇਣ ਦਾ ਕੰਮ ਸੀ ਉਹ ਇੰਡਸਟਰੀ ਨੇ ਕੀਤਾ ਨਹੀਂ, ਉਹ ਬਜਾਏ ਉਹ ਟਰੀਟਮੈਂਟ ਕਰਨ ਦੇ ਉਹਨੂੰ ਧਰਤੀ ਸਿੱਟ ਰਹੇ ਨੇ, ਜਿਹਦੇ ਕਰਕੇ ਉਹ ਪ੍ਰਦੂਸ਼ਿਤ ਹੋ ਰਿਹਾ। ਸਵਾਲ ਸਿਰਫ ਇੰਨਾ ਹੀ ਹੈ, ਚੀਫ ਮਿਨਿਸਟਰ ਨੇ ਜਿਹੜਾ ਧਾਨ ਸਿੱਧਾ ਬੀਜਣਾ ਹੈ, ਪਾਣੀ ਘੱਟ ਰਿਹਾ ਹੈ, ਇਹ ਪਾਣੀ ਦੀ ਸਾਨੂੰ ਬੜੀ ਘਾਟ ਆਉਣ ਵਾਲੀ ਹੈ, ਇਹ ਮੁੱਦੇ ਚੱਕੇ ਅਤੇ ਉਸ ਤੋਂ ਮੈਨੂੰ ਲੱਗਦਾ
ਸੱਚਮੁੱਚ ਪਾਣੀ ਮੁੱਕਣ ਵਾਲਾ ਹੈ, ਪਾਣੀ ਦੀ ਸਾਂਭ ਸੰਭਾਲ ਦਾ ਇਸ਼ੂ ਵੀ ਹੈਗਾ। ਕੱਲ੍ਹ ਨੂੰ ਪਾਣੀ ਦਾ ਇਸ਼ੂ ਤੁਹਾਡਾ ਵੀ ਇਸ਼ੂ ਹੈ, ਜਿੰਨੀ ਬਿਊਰੋਕਰੇਸੀ ਉਹਦਾ ਇਸ਼ੂ ਹੈ, ਪੰਜਾਬ ਦੇ ਸਾਰੇ ਲੋਕਾਂ ਦਾ ਇਸ਼ੂ ਹੈ। ਪਾਣੀ ਮੁੱਕਦਾ ਤਾਂ ਵੀ ਖਤਰਨਾਕ ਹੈ, ਪਾਣੀ ਗੰਦਲਾ ਹੁੰਦਾ ਤਾਂ ਵੀ ਖਤਰਨਾਕ ਹੈ। ਜਿੰਨੀ ਇਹਨੂੰ ਬਚਾਉਣ ਦਾ ਕੰਮ ਵੀ ਸਾਡਾ, ਇਹਨੂੰ ਸਾਫ਼ ਗੰਦਲਾ ਨਾ ਹੋਵੇ, ਸਾਫ਼ ਹੋਵੇ, ਸਾਫ਼ ਪਾਣੀ ਦੇਣ ਦਾ ਇਹ ਵੀ ਕੰਮ ਸਾਡਾ ਹੀ ਹੈ। ਇਹ ਚੱਲ ਉਹਦੇ ਨਾਲ ਉੱਠ ਖੜਿਆ ਤਾਂ ਜੁੜੂਗੇ ਉਹਦਾ ਇਸ਼ੂ। ਤੁਸੀਂ ਇਸ ਗੱਲ ਦੇ ਪੱਖ 'ਚ ਹੋ ਕਿ ਕਿਸਾਨ ਨੂੰ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ ਬਜਾਏ ਕਿ ਪਾਣੀ ਮੱਚ ਕੇ ਜਿਸ ਤਰ੍ਹਾਂ ਕਰਦੇ ਆ ਉਸ ਤਰ੍ਹਾਂ ਧਾਨ ਲਾਉਣ ਦੀ ਬਜਾਏ? ਦੇਖੋ ਸਰ, ਇੱਕ ਪਾਣੀ ਬਚਾਉਣ ਦੀ ਇੱਕ ਪ੍ਰਪੋਜ਼ਲ ਹੈ ਸਰਕਾਰ ਦੀ। ਸਰਕਾਰ ਦੇ ਕਰਮਚਾਰੀ ਅਧਿਕਾਰੀ ਨੇ, ਜਿਹੜੇ ਡਾਕਟਰ ਨੇ ਫਿਰ PAU ਦੇ, ਉਹਨਾਂ ਨੇ ਕਿਹਾ ਹੋਣਾ ਵੀ ਸਿੱਧੀ ਬਿਜਾਈ ਨਾਲ ਸ਼ਾਇਦ ਪਾਣੀ ਬਚ ਜਾਂਦਾ। ਅਸੀਂ ਤਾਂ ਇਹ ਕਹਿੰਦੇ ਵੀ ਠੀਕ ਹੈ, ਜਿੱਦਾਂ ਪਾਣੀ ਬੱਚਤ ਵਾਸਤੇ ਜਿਹੜੀ ਤੁਸੀਂ ਪ੍ਰਪੋਜ਼ਲ ਲੈ ਕੇ ਹੋ, ਸਾਡੇ ਲੋਕਾਂ ਨੇ ਬੜੀ ਸਿੱਧੀ ਬਿਜਾਈ ਕੀਤੀ ਵੀ ਹੈ, ਐਤਕੀ ਬਹੁਤ ਕੀਤੀ ਹੈ, ਮੂੰਗੀ ਵੀ ਲਾਈ ਹੈ। ਅਸੀਂ ਤਾਂ ਇਹ ਕਹਿੰਦੇ ਵੀ ਤੁਸੀਂ ਪਾਣੀ ਦਾ ਮਸਲਾ ਹੈ, ਫਿਰ ਗਾਹਾਂ ਖਰੀਦ ਦਾ ਮਸਲਾ ਹੈ, ਫਿਰ ਪਹਾਂ ਪਰਾਲੀ ਫੂਕਣ ਦਾ ਮਸਲਾ ਹੈ, ਇਹ ਸਾਰੇ ਝੰਝਟਾਂ 'ਚੋਂ ਸਾਨੂੰ ਕੱਢ ਲਓ। ਝੋਨਾ ਤੁਸੀਂ ਬੰਦ ਹੀ ਕਰਵਾ ਦਿਉ, ਆ ਬਾਸਪਤੀਆਂ ਦੇ ਰੇਟ ਦੇ ਦਿਉ, ਅਤੇ ਪਰਾਲੀ ਨਹੀਂ ਕਿਸੇ ਨੇ ਫੂਕਣੀ, ਨਾਲੇ ਬਿਜਲੀ ਬਚੂ, ਨਾਲੇ ਪਾਣੀ ਬਚੂ, ਨਾਲੇ ਪ੍ਰਦੂਸ਼ਣ ਬਚੂਗਾ। ਅੱਜ ਤਾਂ ਕਹਿੰਦੇ ਸਾਨੂੰ ਇਹ ਚੱਕਰ 'ਚ ਫਸਾਇਆ ਤੁਸੀਂ ਨੇ, ਸਾਨੂੰ ਇੱਧਰੋਂ ਕੱਢੋ। ਜਿੰਨੀਆਂ ਪਿਛਲੀਆਂ ਸਰਕਾਰਾਂ ਰਹੀਆਂ ਔਰ ਮੌਜੂਦਾ ਸਰਕਾਰ, ਇਹਦੇ 'ਚ ਤੁਹਾਨੂੰ ਕੀ ਫਰਕ ਲੱਗਦਾ? ਸਾਨੂੰ ਇਹ ਹੈ ਵੀ ਪਿਛਲੀਆਂ ਸਥਾਪਿਤ ਸਰਕਾਰਾਂ ਸੀ ਜਿਹੜੀਆਂ ਠੇਕੇਦਾਰ ਸੀ, ਕਦੇ ਤੂੰ ਆ ਗਿਆ, ਕਦੇ ਮੈਂ ਆ ਗਿਆ, ਉਹ ਤੋਂ ਬਦਲ ਕੇ ਇੱਕ ਨਵੀਂ ਸਰਕਾਰ ਆਈ ਹੈ, ਬਸ ਇੰਨੀ ਹੈ। ਇਹੀ ਪਾਰਟੀ ਦੇ ਖਿਲਾਫ਼ ਜਦੋਂ ਦਿੱਲੀ 'ਚ ਮੋਰਚਾ ਲੱਗਿਆ ਸੀ, ਕਿਸਾਨ ਲੀਡਰ ਸਭ ਤੋਂ ਘੱਟ ਬੋਲਦੇ ਸੀ, ਲੇਕਿਨ ਹੁਣ ਜਦੋਂ ਪੰਜਾਬ 'ਚ ਸਰਕਾਰ ਬਣ ਗਈ ਤਾਂ ਸਭ ਤੋਂ ਪਹਿਲਾਂ 6 ਮਹੀਨੇ ਦੇ ਅੰਦਰ ਅੱਜ ਤੱਕ ਕਿਤੇ ਮੋਰਚਾ ਨਹੀਂ ਲੱਗਿਆ ਹੋਣਾ ਨਵੀਂ ਸਰਕਾਰ ਬਣਨ ਤੋਂ ਬਾਅਦ, ਇਸੀ ਦੇ ਖਿਲਾਫ਼ ਮੋਰਚਾ ਲੱਗਿਆ। ਇਹ ਬਦਲਾਵ ਦੀ ਵਜ੍ਹਾ ਕੀ? ਤੁਸੀਂ ਅੱਜ ਜਰਨਲਿਸਟ ਹੋ, ਸਾਡੇ ਕੋਲ ਆਏ ਹੋ, ਸਵਾਲ ਜਵਾਬ ਪੁੱਛ ਰਹੇ ਹੋ, ਕੱਲ੍ਹ ਨੂੰ ਜੇ ਮੁੱਖ ਮੰਤਰੀ ਬਣ ਜਾਓ ਤੁਸੀਂ, ਭਲਾ ਫਿਰ ਮੈਂ ਤੁਹਾਡੇ ਨਾਲ ਐਂ ਬੈਠੂੰਗਾ ਜਿਵੇਂ ਹੁਣ ਬੈਠਿਆ? ਨਹੀਂ ਨਾ ਬੈਠੂੰਗਾ, ਮੈਂ ਵੀ ਜਾਵਾਂਗਾ ਉਹਨੂੰ, ਨਹੀਂ ਬੈਠਿਆ ਜਾਣਾ। ਇਸ ਕਰਕੇ ਜਦੋਂ ਸਰਕਾਰ ਬਣ ਜਾਂਦੀ ਹੈ, ਜਿੰਨਾ ਚਿਰ ਸਰਕਾਰ ਹੈ ਨਹੀਂ ਉਹਨਾਂ ਦੀ, ਅਜੇ ਆਪ ਦੀ ਆਈ ਨਹੀਂ ਸੀ, ਦਿੱਲੀ ਦੇ ਮੋਰਚੇ ਦੇ ਵਿੱਚ ਉਹਨਾਂ ਦਾ ਸਵਾਲ ਕਿਉਂ ਉੱਠੇ? ਕਿਉਂਕਿ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ, ਉੱਥੇ BJP ਦੀ। ਬਾਕੀ ਧਿਰਾਂ ਇਹ ਇਲਜ਼ਾਮ ਲਾਉਂਦੀਆਂ ਸੀ ਕਿ ਕਿਸਾਨ ਜਥੇਬੰਦੀਆਂ ਨੂੰ ਆਮ ਆਦਮੀ ਪਾਰਟੀ ਦੇ ਲੋਕ ਉਕਸਾ ਰਹੇ ਹੈ, ਮੈਂ ਤਾਂ ਇਹ ਸਵਾਲ ਪੁੱਛ ਰਿਹਾ। ਉਕਸਾਇਆ ਕਿਸੇ ਨੇ ਨਹੀਂ, ਬਹੁਤ ਲੋਕ ਬੋਲਦੇ ਰਹੇ ਹੈ, ਬਹੁਤ ਲੋਕਾਂ ਨੇ ਕਿਹਾ ਵੀ ਜਿਹੜੀ ਵੀ ਸਰਕਾਰ ਆਊਗੀ ਉਹ ਵੀ ਇਹੋ ਜਿਹਾ ਕੁਛ ਕਰੂਗੀ। ਆਮ ਲੋਕ ਸੀ ਨਾ, ਉਹਨਾਂ ਨੇ ਭਾਵਨਾਵਾਂ ਨੂੰ ਫੜੋ, ਉਹ ਤਾਂ ਕਹਿੰਦੇ ਵੀ ਬਦਲ ਵਾਸਤੇ ਸਾਨੂੰ ਤਾਂ ਕੋਈ ਲੱਭਦਾ ਨਹੀਂ ਹੋਰ। ਉਹਨਾਂ ਨੇ ਤਾਂ ਮੁੜ ਕੇ ਕਿਸੇ ਨੂੰ ਨਹੀਂ ਪੁੱਛਿਆ, ਚੱਕਿਆ 92 ਸੀਟਾਂ ਦਵਾਤੀਆਂ, ਦਿਲ ਖੋਲ੍ਹ ਕੇ ਸਪੋਰਟ ਕੀਤੀ ਆ, ਅਤੇ ਦਿਲ ਖੋਲ੍ਹ ਕੇ ਉਹਨਾਂ ਨੂੰ ਜਿਤਾਇਆ, ਅਤੇ ਦਿਲ ਖੋਲ੍ਹ ਕੇ ਉਹਨਾਂ ਨੇ ਐਂ ਕਿਹਾ ਵੀ ਜਿਹੜੇ ਟਾਈਮ ਵੀ ਦਿਓ, ਟਾਈਮ ਵੀ ਦਿੱਤਾ ਸੀ, 8 ਮਹੀਨੇ ਸੀ, ਬਿਲਕੁਲ ਨਹੀਂ ਬੋਲੇ। ਇਸ ਕਰਕੇ ਜੇ ਸਰਕਾਰ ਹੁਣ ਤਾਂ ਇਹ ਸੋਚੇ ਵੀ ਲੋਕ ਦਿਲ ਖੋਲ੍ਹ ਕੇ ਮੋਰਚਾ ਵੀ ਲਾਤਾ, ਦਿਲ ਖੋਲ੍ਹ ਕੇ ਮੋਰਚਾ ਵੀ ਲਾਇਆ। ਤੁਸੀਂ ਦਿੱਲੀ ਮੋਰਚਾ ਇਸ ਲਈ ਲੈ ਕੇ ਗਏ ਸੀਗੇ ਕਿਉਂਕਿ ਤੁਹਾਨੂੰ ਲੱਗਦਾ ਸੀ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਦਾ ਚੈਨਲ ਨਹੀਂ ਖੋਲ੍ਹ ਰਹੀ, ਲੇਕਿਨ ਹੁਣ ਤਾਂ ਤੁਹਾਡੀ ਗੱਲਬਾਤ ਚੱਲ ਰਹੀ ਸੀ, ਚੰਦ ਰੋਜ਼ ਪਹਿਲਾਂ ਵੀ ਹੋਈ, ਫਿਰ ਇਹ ਅਚਾਨਕ ਇੰਨੀ ਤਲਖੀ ਦੀ ਆ, ਇਹ ਘਰ ਨੂੰ ਘੇਰਨ ਦੀ ਨੌਬਤ ਕਿਉਂ ਆ ਗਈ? ਨਹੀਂ ਨਹੀਂ ਹੈ, ਜੇ ਅਸੀਂ ਦਿੱਲੀ ਦੇ ਜਾਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਦੋਂ ਮੋਰਚਾ ਲਾਇਆ ਤਾਂ ਕੇਂਦਰ ਸਰਕਾਰ ਦੇ ਕਾਲ ਸਾਨੂੰ ਆ ਗਈ ਸੀ ਗੱਲਬਾਤ ਦੀ, ਦਿਵਾਲੀ ਤੋਂ ਇੱਕ ਦਿਨ ਪਹਿਲਾਂ 2020 ਦੇ ਵਿੱਚ ਅਸੀਂ ਗਏ ਹਾਂ ਗੱਲਬਾਤ ਦੇ ਵਿੱਚ, ਮੇਰੇ ਖਿਆਲ 'ਚ ਉਹ 13 ਅਕਤੂਬਰ ਸੀ ਕਿ 14 ਅਕਤੂਬਰ ਸੀ, ਉਸ ਡੇਟ ਨੂੰ ਅਸੀਂ ਗਏ ਹਾਂ ਉੱਥੇ ਦਿੱਲੀ, ਗੱਲਬਾਤ ਦੀ ਕਾਲ ਆ ਗਈ ਸੀ ਉੱਧਰੋਂ ਵੀ, ਅਸੀਂ ਗੱਲਬਾਤ 'ਚ ਗਏ ਬੈਠੇ ਹਾਂ, ਉਦੋਂ ਪ੍ਰਿੰਸੀਪਲ ਸਕੱਤਰ ਬੈਠਾ ਸੀ, ਇਸ ਕਰਕੇ ਅਸੀਂ ਉਹ ਰੱਦ ਕਰਕੇ ਆ ਗਈ ਸੀ ਉਹਦੀ ਮੀਟਿੰਗ, ਉਸ ਤੋਂ ਬਾਅਦ ਕਿਹਾ ਵੀ ਖੇਤੀਬਾੜੀ ਮੰਤਰੀ ਸਾਡੇ ਨਾਲ ਬੈਠੇ, ਇਹ ਨਹੀਂ ਵੀ ਉਹਨਾਂ ਨੇ ਕਾਲ ਨਹੀਂ ਆਈ, ਪਰ ਉਹ ਗੱਲਬਾਤ ਦੇ ਵਿੱਚੋਂ ਕੁਛ ਨਿਕਲਿਆ ਨਹੀਂ, ਫਿਰ ਇਹ ਸਾਰੀਆਂ ਜਥੇਬੰਦੀਆਂ ਨੇ ਤੈਅ ਕੀਤਾ ਵੀ ਦਿੱਲੀ ਰਵਾਨਾ ਕਰੀਏ, ਫਿਰ ਜਦੋਂ ਹਿੰਦੁਸਤਾਨ ਦੀਆਂ ਜਥੇਬੰਦੀਆਂ ਨੇ ਕਿਹਾ ਵੀ ਫੈਸਲਾ ਆਪਾਂ ਨੇ ਅੰਦਰੋਂ ਮਿੜ ਕੇ ਸਾਰਿਆਂ ਨੇ ਲੜਨਾ, ਫਿਰ ਉਹਨਾਂ ਦਾ ਕੇਂਦਰ ਦਿੱਲੀ ਬਣਦਾ ਸੀ, ਫਿਰ ਦਿੱਲੀ ਦਾ ਮੋਰਚੇ ਤਾਂ ਦਿੱਲੀ ਤੋਂ ਤਾਂ ਲਾਇਆ। ਚੀਫ ਮਿਨਿਸਟਰ ਦਾ ਕੋਈ ਜੱਦੀ ਕਰਨੀ ਹੈ ਇੱਥੇ, ਜਾਂ ਤਾਂ ਸਤੌਜ ਮੋਰਚਾ ਲੱਗਦਾ ਜਾਂ ਚੰਡੀਗੜ੍ਹ ਮੋਰਚਾ ਲੱਗਦਾ ਸਰਕਾਰੀ ਘਰ ਦੇ ਬਾਹਰ? ਤੁਸੀਂ ਸੰਗਰੂਰ ਨੂੰ, ਜਿੱਥੇ ਨੋਰਮਲੀ ਚੀਫ ਮਿਨਿਸਟਰ ਦਾ ਮੈਨੂੰ ਨਹੀਂ ਲੱਗਦਾ ਇਹ ਆਪਣਾ ਘਰ ਵੀ ਹੈ, ਇੱਥੇ ਮੋਰਚਾ ਲਾਉਣ ਦਾ ਫੈਸਲਾ ਕਿਵੇਂ ਲਿਆ? ਸਾਰੇ ਲੋਕ ਇਹ ਕਹੀ ਜਾਂਦੇ ਨੇ, ਸਾਡੇ ਜਿੰਨੇ ਵੀ ਇੱਥੇ ਮੁਲਾਜ਼ਮਾਂ ਦੇ ਪਹਿਲਾਂ ਧਰਨੇ ਲੱਗੇ ਆ, ਮੁੱਖ ਮੰਤਰੀ ਦੀ ਕੋਠੀ ਅੱਗੇ ਜਾਵਾਂਗੇ, ਸਿੰਬਲ ਕਿਹੜੀ ਗੱਲ ਨੂੰ ਮੰਨਦੇ ਹੋ? ਹੁਣ ਇਹ ਬਾਦਲ ਜਾਂਦੇ ਹਾਂ ਅਸੀਂ, ਬਾਦਲ ਕਾ ਤਾਂ ਕੋਈ ਉੱਥੇ ਰਹਿੰਦਾ ਨਹੀਂ ਸੀ, ਉਦੋਂ ਅਸੀਂ ਬਾਦਲ ਨੂੰ ਸਿੰਬਲ ਮੰਨਦੇ ਹੁੰਦੇ ਸੀ। ਬਠਿੰਡੇ ਉਹਦਾ ਕੀ ਸੀ? ਸਾਨੂੰ ਬਠਿੰਡੇ ਦੀ ਪਾਬੰਦੀ ਸੀ ਵੀ ਬਠਿੰਡੇ ਦੇ ਵਿੱਚ ਨਹੀਂ ਆ ਸਕਦੇ, ਬਠਿੰਡੇ ਨਹੀਂ ਸੀ ਵੜਨ ਦਿੰਦਾ ਬਾਦਲ ਸਾਨੂੰ, ਪਟਿਆਲੇ ਸਾਨੂੰ ਮਹਾਰਾਜਾ ਵੜਨ ਨਹੀਂ ਸੀ ਦਿੰਦਾ, ਮਹਿਮਦਪੁਰ ਮੰਡੀ ਦੇ ਵਿੱਚ ਹੀ ਰੋਕ ਲੈਂਦਾ 15-16 ਕਿਲੋਮੀਟਰ ਪਿੱਛੇ, ਅਤੇ ਉਹਨਾਂ ਦੇ ਸਿੰਬਲ ਦੇ ਅੱਗੇ ਧਰਨਾ ਲੈਂਦਾ, ਸੰਕੇਤ ਹੁੰਦਾ ਹੈ, ਕਿਉਂਕਿ ਇਹ ਕੋਈ ਗੱਲ ਮੰਨ ਸਕਦਾ ਵੀ ਸਾਡਾ ਆਹ ਧਰਨਾ ਮੁੱਖ ਮੰਤਰੀ ਦੇ ਖਿਲਾਫ਼ ਨਹੀਂ ਹੈ, ਇਹ ਸਿੰਬਲ ਦੇ ਨੂੰ ਸਲਾਮ ਹੈ, ਕੋਈ ਰਹਿੰਦਾ ਕਿ ਨਹੀਂ ਰਹਿੰਦਾ, ਇੱਟਾਂ ਨੇ ਭਾਵੇਂ ਉਹਨਾਂ ਦੀ ਇਹ ਕੋਠੀ ਕਿਰਾਏ 'ਤੇ ਲਈ ਹੋਈ ਹੈ, ਭਾਵੇਂ ਮੁੱਲ ਲਈ ਹੈ, ਸਾਨੂੰ ਨਹੀਂ ਇਹ ਗੱਲ ਦਾ ਪਤਾ, ਅਸੀਂ ਸਿੰਬਲ ਦੇ ਅੱਗੇ ਧਰਨਾ ਲਾ ਕੇ ਸੰਬੋਧਨ ਹੋ ਰਹੇ ਆ ਉਹਨਾਂ ਨੂੰ, ਮੁੱਖ ਮੰਤਰੀ ਸਾਹਿਬ ਨੂੰ। ਸੰਗਰੂਰ ਨੂੰ ਭਗਵੰਤ ਮਾਨ ਦਾ ਲੈਂਡਮਾਰਕ ਮੰਨ ਕੇ ਤੁਸੀਂ ਪ੍ਰੋਟੈਸਟ ਕਰ ਰਹੇ ਹੋ? ਸਿੰਬਲ ਦੀ ਗੱਲ ਕਰ ਰਿਹਾ ਮੈਂ, ਉਹਨੂੰ ਕੁਛ ਕੀ ਮੰਨ ਕੇ ਚੱਲਣਾ ਹੈ, ਇਹਦਾ ਦੇਖਿਓ ਸਾਨੂੰ, ਅਸੀਂ ਉਹਨਾਂ ਦੀ ਰਹਿਸ਼ ਦੇ ਅੱਗੇ ਬੈਠੇ ਹਾਂ, ਉਹਨੂੰ ਅਸੀਂ ਸੰਬੋਧਿਤ ਹੋ ਰਹੇ ਹਾਂ ਮੁੱਖ ਮੰਤਰੀ ਸਾਹਿਬ ਨੂੰ, ਇਸ ਕਰਕੇ ਅਸੀਂ ਇਹਨੂੰ ਠੀਕ ਮੰਨਿਆ, ਇਹ ਚੋਣ।
अपना थां बनाओ। ये डेडलॉक किसी तरह मुकेगा, कोई गलबात शुरू होएगी या इस तरह ही चलता रहेगा? डेडलॉक कोई बड़ा नहीं गा, सानू नहीं लगता कोई ऐ करजे दे उत्ते असीं अड़े होईए कि बड़ा। जिन्नियां गल्लां उन्होंने हाँ कीतियां ने, ये तो हुण मान साहब पुछण मुख्यमंत्री साहब भी तुहाडी जिहड़ी अफसरशाही है उसनूं राह नहीं दे रही, क्यों नहीं उन्होंने पैदा दिता? तुसीं कसूर चीफ मिनिस्टर दा कढ रहे हो या अफसरशाही दा? मुख्यमंत्री कहिंदा भी हाँ हो जू तो फिर जे करना की ने, उन्होंने क्यों नहीं किया? एक सवाल उत्थों है ना, पता नहीं मुख्यमंत्री उतले मनों कह रहा है अंदरूनी करके राजी, पता नहीं वो कह रहा है अफसरशाही नहीं करके, ये भेजता उन्हों का आपदा है, ये जिम्मेवारी उन्हों की है। मुक्तसर के उन्होंने कहा भी 41 करोड़ 80 लाख रुपया असी भेजता जी नरमे का मामला, तो वंडिया तो जनाब हूँ तक नहीं गया, अजे भी जिन पहला मीटिंग में बैठे हाँ 41 करोड़ 80 लाख के 26 लाख करोड़ रुपया उन्होंने वंडिया, तो 15 करोड़ 80 लाख रुपया उदों वंडिया नहीं, तो हूँ साढ़े को आदियां ने रिपोर्टा शायद 38 पता नहीं 35-35 लाख करोड़ रुपया कुछ वंडिया है, अजे भी 5-7 करोड़ रुपया वंडन वाला बाकी पे है। ये हूँ किनू कही जिम्मेवार कौन है? मुकाइए किवें गल, किसान भी खुशी खुशी अपने घर जाण ते सरकार भी अपना काम करे। साडी कदे भी दिवाली घर नहीं मन्नी, इसी गल दा अफसोस है मैनू कि 2 दिन बाकी रह गए। हुण भी मैनू लगदा भी सड़कां ते आउणी है, क्योंकि असीं सानूं शौक नहीं जे वो मनाना चाहन एक मिनट के करके दस्कत मारन, तो आ चक्को जी थोड़िया मंगा प्रवान हो गई, सू लिखती देती असी जनता को कही देखो सरकार भाई बोल बुलाए तो तुम पिछले भरोसा नहीं किया, हूँ तो सरकार ने अपन लिखत देती हूँ अपन जाना चाहिए तो दिवाली मनाओ। हूँ पता नहीं ये ना जनाब यहोजी गल है भी लिखती मंगा दे के भी सूँ तो कई बार सरकार लड़ना पैदा, लिखती दे के भी असी 2006 ट्राइडेंट का 2007 घोल जित लिया, समझौता हो गया, लिखती बादल की हुकूमत से उन्होंने लागू कराने वास्ते भी सानू बरनाले धरना लाना पे। हुण तुसीं की चाहुंदे हो कि जिहड़ियां 12 मंगां है इन्हां चों किन्नियां मंगां दी तुहानूं लिखत गरंटी दे देवे सरकार ते तुसीं इह धरना मुका दोगे ते अपनी दिवाली घरे मनाओगे? जे सरकार कुछ भेजूगी फिर ही दसांगे भी तुसीं दसो ना असीं की मदद कर सकदे। असीं तां सारियां कहांगे जी जेन्युइन मंगां ने, अजे तक सारियां सरकार मन लवे, सरकार मन के किन्नियां दिंदी है वो असीं देख लांगे। बिजली प्राइवेटाइजेशन जिहड़ी है इहनूं किवें कर सकदे? मैं कहिंदा वी इह टाइम मंगदी है जी, लैंड बैंक वाली जिहड़ी गल है वो समां मंगदी मंगेगी। हाँ पानी गिंदड़े नूं साफ करना उहदे वास्ते समां देवांगे असीं, क्यों ऐ तां असीं जाणदे हां ना भी इह गल फौरी हल होण वाली है कि समां देण वाली है, इहनां सानूं पता है। असीं कहिंदे हां वी तुसीं कुछ ना कुछ इहदा वचनबद्ध तां करो वी इन्ने समें तक असीं इहनूं सुसैट करन दी कोशिश करांगे, फौरी करन वालियां ने। हुण आ भारत वाला प्रोजैक्ट है इह फौरी। तुसीं मैनूं 5 मंगां दसो मैक्सीमम तुहाडियां जिहड़ियां फौरी तुसीं चाहुंदे हो हल हो जाण ते बाकी असीं समां देण नूं तैयार हां। भारत वाला प्रोजैक्ट वाली कीती जा सकदी है, उह सूबा सरकार दे अख्तियार च है, मौज नाल कर सकदी है। खेती वाली जमीन किसानां दी जमीन है इहनूं माइनिंग चों बाहर कढ दिओ। लेकिन तुसीं कमर्शियल बेचोगे भी नहीं, इह वी गरंटी होणी चाहीदी? नहीं कमर्शियल तो कोई बेचदे नहीं, इह बिकदे कौन बेचदा इहदे विचों निकलूगी कि मिट्टी की चीज़ है, मिट्टी की बिकू? हुण फर्ज कर लो मैं ट्राली मिट्टी की मंगा ली तुहाडे कोलों ट्राई, तो तुम मैं 500 मेरे घर देखे तुम ए कहो भी बेची जाओ तो ट्रैक्टर है मिट्टी किसी की, मिट्टी थोड़ी बेची जाओ। नहीं लेकिन उन्होंने कमर्शियल यूज नहीं, कमर्शियल कहो मैं अपने घर मिट्टी डगा पशुओं वास्ते, मेरे को ट्रैक्टर नहीं, मेरे को साधन नहीं, अपने घर तो सुटने लिए कोई दिक्कत नहीं करता ना। तुम कमर्शियल मनोगे भी जो 500 के मिट्टी तुम मेरे घर जाकर डे गए, ट्रैक्टर थोड़ा वह तेल का खर्चा लिया तुम मेहनत लिया भर के लिया हो वह खर्चा तुम कमर्शियल नहीं मने। अगली मंग तीजा है पराली वाला मसला, पराली वाले तो की चाहते हो तुम 200 रुपया पर क्विंटल एक्सट्रा? असीं तां कहिंदे भी ये प्रदूषण के सानू कढो जी इहनूं कढो, असीं तां कहिंदे भी जिन्नी कु हुण असीं भी कोशिश कर रहे हां तुसीं आपे परचे पाउण नाल ते आइडेंटिटीआं वाला काम बंद करके इहनूं किस तरह दी भी जपो, ये मंग साडी हैगी। चौथी साडी हैगी है जिहड़ी आ झोना विकण दा सरकार ने कंडीशन लाई है फरदा लैण दी, ते 26 क्विंटल तो वध नहीं खरीदांगे, उहनां ने चाहे भावें मन ली भावें हो हुण अमल दे विच तां उह बहुत खरीद रहे आ ते उह हुण सिरे सीजन सिरे जिहड़ा कैप लाया होया 26 क्विंटल लवांगे 1 एकड़ ते उह हटाया जाए तुहाडा कहिण दा भाव इह? हाँ हाँ इह कंडीशन नहीं होनी चाहीदी, जिहड़े फरदां फुरदां लैंदे ने फरदां फुरदां नहीं लैण अगे वी तां इह उहनां ने कहा सी वी असीं बाहरों नहीं झोना आउणा, ठीक है तुहाडी मर्जी आ असीं नहीं सानूं आ 4-5 मंगां ने इहदा तां निपटारा करन, अगर इहनां 4-5 मंगां ते गौर हो जाए ते बाकियां ते समां देण नूं तैयार हो इहनां नूं तुसीं सानूं मीडिया के मूहे नहीं मैं तो तुम्हें अर्ज कर रहा जी मैं कहना भी आता मुढ़िया का करन असं तो कहने भी आता करन असी तो वैसे तो यह भी हाँ दसना तो सारिया बारे पेगा कुछ ना कुछ आ 4-5 मंगा ने जिड़िया ਇਹ ਤਾਂ ਫੌਰੀ ਹੱਲ ਕੀਤੀਆਂ ਜਾ ਸਕਦੀਆਂ ਨਾ, ਉਹ ਰੈਫਲਾਂ ਦੇ ਲਾਇਸੈਂਸ ਵਾਲਾ ਮਸਲਾ ਵਿੱਚ ਤਾਂ ਨਹੀਂ ਹੈਗਾ ਨਾ? ਨਹੀਂ ਨਹੀਂ ਅਸੀਂ ਰੈਫਲਾਂ ਇਹ ਤਾਂ ਉਹਨਾਂ ਦਾ ਇਸ਼ੂ ਹੈ, ਇਹ ਸਾਡੀ ਕੰਡੀਸ਼ਨ ਵਾਲਾ ਕੋਈ ਇਸ਼ੂ ਨਹੀਂ। ਮੈਂ ਤਾਂ ਇਹ ਚਾਹਨਾ ਉਗਰਾਹਾਂ ਸਾਹਿਬ ਤੁਸੀਂ ਆਰਾਮ ਨਾਲ ਘਰੇ ਜਾਓ ਆਪਣੇ ਦੋਤਿਆਂ ਪੋਤਿਆਂ ਬੱਚਿਆਂ 'ਚ ਰਹੋ, ਅਸੀਂ ਤਾਂ ਇਹ ਉਮੀਦ ਕਰਕੇ ਤੁਹਾਡੇ ਤੋਂ ਸਵਾਲ ਕਰ ਰਹੇ ਹਾਂ ਤੁਸੀਂ ਬੁਰਾ ਨਾ ਮੰਨੋ। ਪਹਿਲਾਂ ਇਹ ਦੱਸੋ ਵੀ ਜਿਉਂਦੇ ਜੀਆਂ ਨੂੰ ਕਿਹਨਾਂ ਨੂੰ ਖੁਸ਼ੀ ਨਹੀਂ ਹੁੰਦੀ ਦੀਵਾਲੀ ਦੀਵਾਲੀ ਆਪਦੇ ਘਰੇ ਦੇਖਣ? ਤੁਹਾਡੀ ਪਿਛਲੀ ਦੀਵਾਲੀ ਸਿੰਘੂ ਤੇ ਟਿਕਰੀ ਬਾਰਡਰ ਤੇ ਨਿਕਲੀ, ਉਦੋਂ ਪਹਿਲਾਂ ਬਰਨਾਲੇ, ਇਸ ਵਾਰੀ ਸੰਗਰੂਰ ਨਿਕਲੀ। ਇਸ ਕਰਕੇ ਅਸੀਂ ਤਾਂ ਚਾਹੁੰਦੇ ਹਾਂ ਤੁਸੀਂ ਜੇ ਤੁਹਾਡੀ ਸਰਕਾਰ ਮੰਨਦੀ ਹੈ ਕਹਿ ਦਿਓ। ਹਮੇਸ਼ਾ ਜਿਹੜਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਹੈ ਉਹ ਬਾਕੀ ਜਥੇਬੰਦੀਆਂ ਤੋਂ ਵੱਖਰਾ ਚੱਲਦਾ ਹੈ, ਇਹਦੇ ਪਿੱਛੇ ਕੀ ਸੋਚ ਹੈ ਤੁਹਾਡੀ? ਦੇਖੋ ਅਸੀਂ ਵੱਖਰੇ ਵੀ ਚੱਲਦੇ ਹਾਂ ਇਕੱਠੇ ਵੀ ਚੱਲਦੇ ਹਾਂ,
ਹੁਣ ਜਿੰਨੇ ਚੈਨਲ ਨੇ ਤੁਹਾਡੇ ਚੈਨਲ ਨਹੀਂ ਵੱਖਰੇ ਵੱਖਰੇ ਚੱਲਦੇ ਜਦੋਂ ਅਸੀਂ ਪ੍ਰੈਸ ਕਾਨਫਰੰਸ ਕਰਦੇ ਹਾਂ ਉਦੋਂ ਤੁਸੀਂ ਸਾਰੇ ਇਕੱਠੇ ਰੱਖਦੇ ਹੋ ਟੂਟੀਆਂ ਜਾਂ ਉਦੋਂ ਅਸੀਂ ਪ੍ਰੈਸ ਕਾਨਫਰੰਸ ਤੁਸੀਂ ਸਾਂਝੀ ਲੈ ਜਾਂਦੇ ਹੋ ਉਦੋਂ ਪਿੱਛੋਂ ਤੁਹਾਡਾ ਘਰ ਨਹੀਂ ਪੂਰਾ ਹੁੰਦਾ ਫਿਰ ਤੁਸੀਂ ਵੱਖ ਵੱਖ ਵੀ ਕਰਦੇ ਵਨ ਟੂ ਵਨ ਕਰਦੇ ਜਿੰਨੇ ਚੈਨਲ ਵਾਲੇ ਸਾਰੇ ਵਨ ਟੂ ਵਨ ਕਰਦੇ ਉਹੀ ਸਾਡਾ ਇਹ ਤੁਹਾਡਾ ਵਨ ਟੂ ਵਨ ਹੈ ਇਹ ਸਾਡਾ ਵਨ ਟੂ ਵਨ ਹੈ ਅਸੀਂ ਉਦੋਂ ਆਪਦਾ ਵੀ ਇਕੱਠੇ ਹੋ ਕੇ ਵੀ ਕਰਦੇ ਹਾਂ ਅਤੇ ਸਾਰੀਆਂ ਜਿੱਥੇ ਹੁੰਦੀਆਂ ਆਪਣੇ ਤੌਰ 'ਤੇ ਵੀ ਕਰਦੇ ਹਾਂ ਕਿਉਂਕਿ ਉਹਨਾਂ ਦੇ ਟਾਈਮ ਦਾ ਸੈਟਿੰਗ ਕਰਨ ਦਾ ਪ੍ਰੋਗਰਾਮ ਕਿੱਥੇ ਰੱਖਣਾ ਉਹ ਕਿਹੋ ਜਿਹਾ ਐਕਸ਼ਨ ਕਦੋਂ ਕਰ ਲੈਣ ਉਹ ਮੋਰਚਾ ਲਾਉਣ ਕਿ ਇੱਕ ਦਿਨ ਦਾ ਐਕਸ਼ਨ ਕਰਨ ਹਰ ਇੱਕ ਜਥੇ ਬੰਦੇ ਆਪਦਾ ਆਪਦਾ ਪ੍ਰੋਗਰਾਮ ਹੈ ਮੰਗਾਂ ਸਾਡੀਆਂ ਤਕਰੀਬਨ ਲਗਭਗ ਸਾਰਿਆਂ ਦੇ ਮਿਲਦੀਆਂ ਜੁਲਦੀਆਂ ਨੇ ਕੋਈ ਕਿਸੇ ਮੰਗ ਨੂੰ ਪਹਿਲੇ ਨੰਬਰ 'ਤੇ ਰੱਖ ਕੇ ਦੂਜੇ ਨੰਬਰ 'ਤੇ ਕਿਸੇ ਨੂੰ ਰੱਖ ਲੈਂਦਾ ਇਹ ਡਿਫਰੈਂਸਿਸ ਨੇ ਉਹ ਘੋਲ ਲੜਨ ਦੇ ਤਰੀਕੇ ਕਰਨ ਦੇ ਵਿੱਚ ਵੀ ਫਰਕ ਹੈਗੇ ਨੇ ਇਹ ਮਸਲਾ ਸਾਰੇ ਪੰਜਾਬ ਦਾ ਜਿਹੜੀਆਂ ਮੰਗਾਂ ਤੁਸੀਂ ਚੱਕ ਰਹੇ ਹੋ ਬਾਕੀ ਜਥੇਬੰਦੀਆਂ ਨੇ ਹਾਲੇ ਤੱਕ ਉਗਰਾਹਾ ਗਰੁੱਪ ਨੂੰ ਸਮਰਥਨ ਕਿਉਂ ਨਹੀਂ ਦਿੱਤਾ ਦੇਖੋ ਸਮਰਥਨ ਦੇਣਾ ਦੀ ਗੱਲ ਇਹ ਹੁੰਦੀ ਆ ਵੀ ਅਸੀਂ ਲੜ ਰਹੇ ਹਾਂ ਅਸੀਂ ਕਿਉਂਕਿ ਪਹਿਲਾਂ ਅਸੀਂ ਪਾਣੀ ਵਾਲੇ ਇਸ਼ੂ 'ਤੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਕੀਤੀਆਂ ਨੇ ਉਹਨਾਂ ਨੇ ਕਿਹਾ ਸੀ ਵੀ ਠੀਕ ਹੈ ਅਸੀਂ ਇਹ 'ਤੇ ਅਸੀਂ ਕਰਾਂਗੇ ਇਸ਼ੂ 'ਤੇ ਇਹ ਗੱਲ ਉਹਨਾਂ ਨੇ ਉਦੋਂ ਪਿੱਛੋਂ ਉਹਨਾਂ ਦੇ ਹੋਰ ਪ੍ਰੋਗਰਾਮ ਰੱਖੇ ਨੇ ਕਿਸੇ ਨੇ 26 ਨਵੰਬਰ ਦਾ ਰੱਖਿਆ ਹੋਇਆ ਕਿਸੇ ਨੇ ਅਕਤੂਬਰ 31 ਦਾ ਰੱਖਿਆ ਹੋਇਆ ਕੋਈ ਕੁਛ ਜਥੇਬੰਦੀਆਂ ਨੇ ਇੱਥੇ ਨਰਮੇ ਸੂੰਡੀ ਦੇ ਮਾਮਜੇ ਦਾ ਤਲਮੰਡੀ ਕੀਤਾ ਹੋਇਆ ਮਾਨਸਾ ਕੀਤਾ ਹੋਇਆ ਕੁਛ ਐਂ ਕਰ ਰਹੀਆਂ ਨੇ ਐਕਸ਼ਨ ਉਹਨਾਂ ਦੇ ਆਪਦੇ ਆਪਦੇ ਐਕਸ਼ਨ ਨੇ ਸਮਰਥਨ ਦਾ ਇਹ ਨਹੀਂ ਹੁੰਦਾ ਵੀ ਜੇ ਇੱਕ ਜਥੇਬੰਦੀ ਨੇ ਪ੍ਰੋਗਰਾਮ ਕੀਤਾ ਕਿ ਜ਼ਰੂਰੀ ਨਹੀਂ ਵੀ ਉਹ ਸਾਰੀਆਂ ਜਥੇਬੰਦੀਆਂ ਉਸ ਵੇਲੇ ਸਮਰਥਨ 'ਤੇ ਜਾਣ ਜਾਂ ਇਹ ਹੁੰਦਾ ਵੀ ਉਹਨਾਂ ਦੀਆਂ ਮੰਗਾਂ ਉਹਨਾਂ ਨੇ ਆਪਦੇ ਤਰੀਕੇ ਨਾਲ ਇਹਨਾਂ ਹੀ ਮੰਗਾਂ ਨੂੰ ਐਂ ਨਹੀਂ ਉਹਨਾਂ ਦਾ ਵੀ ਇਹਨਾਂ 'ਤੇ ਉਹਨਾਂ ਦਾ ਕੋਈ ਨੈਗੇਟਿਵ ਹੈ ਪੋਜ਼ਿਟਿਵ ਰਵੱਈਆ ਉਹਨਾਂ ਦਾ ਸਾਰਿਆਂ ਦਾ ਜੇ ਲੋੜ ਪਈ ਤਾਂ ਉਹਨਾਂ ਨਾਲ ਇਕੱਠੇ ਵੀ ਕਰਾਂ ਕਿਸੇ ਦਾ ਹੱਲੇ ਸਮਰਥਨ ਤੁਹਾਨੂੰ ਟੈਲੀਫੋਨਿਕਲੀ ਆਇਆ ਟੈਲੀਫੋਨ ਤਾਂ ਐਂ ਸਮਰਥਨ ਮੰਗੇ ਨਹੀਂ ਅਸੀਂ ਕਿਸੇ ਦਾ ਅਜੇ ਤੱਕ ਅਸੀਂ ਇਕੱਲੇ ਲੜ ਰਹੇ ਹਾਂ ਜਦੋਂ ਸਾਡਾ ਨਾਮ ਨਹੀਂ ਲੈਣਗੇ ਤੁਸੀਂ ਮੰਗਣਾ ਤੇ ਅਲੱਗ ਗੱਲ ਹੈ ਉਹਨਾਂ ਦੇ ਦੇਣ ਦਾ ਸਵਾਲ ਹੈ ਦੇਣ ਨੂੰ ਸਮਰਥਨ ਦੇਣ ਵਾਸਤੇ ਇਸ ਤਰ੍ਹਾਂ ਹੁੰਦਾ ਨਹੀਂ ਜਥੇਬੰਦੀਆਂ 'ਚ ਭਰਾਤਰੀ ਜਥੇਬੰਦੀਆਂ ਨੇ ਉਹ ਆਈਆਂ ਨੇ ਕਿੰਨੀਆਂ ਆਈਆਂ ਨੇ ਵਿੱਚ ਕਦੇ ਬਿਜਲੀ ਮੁਲਾਜ਼ਮ ਆ ਗਏ ਕਦੇ ਬੇਰੁਜ਼ਗਾਰ ਟੀਚਰ ਆ ਗਏ ਕਦੇ ਸਾਬਕਾ ਫੌਜੀ ਆ ਗਏ ਕਦੇ ਮਜ਼ਦੂਰਾਂ ਦੀ ਕੋਈ ਜਥੇਬੰਦੀ ਆ ਗਈ ਕਦੇ ਟੈਕਨੀਕਲ ਕਾਮੇ ਆ ਗਏ ਕਦੇ ਕੋਈ ਆ ਜਾਂਦਾ ਕਦੇ ਵਾਟਰ ਸਪਲਾਈ ਵਾਲੇ ਕਦੇ ਠੇਕੇ ਵਾਲੇ ਆ ਗਏ ਇਸ ਤਰ੍ਹਾਂ ਤਾਂ ਆਉਂਦੇ ਹੀ ਨੇ ਜਿਸ ਤਰ੍ਹਾਂ ਤੁਹਾਨੂੰ ਦਿਖ ਰਿਹਾ ਹੈ ਕਿ ਆਹ ਕਿਸਾਨਾਂ ਦੀਆਂ ਮੁੱਖ ਮੰਗਾਂ ਹੈ ਮਾਲਵੇ ਦੇ ਕਿਸਾਨਾਂ ਦੀਆਂ ਜਿੱਥੇ ਤੁਹਾਡਾ ਗੜ ਹੈ ਤੇ ਬਾਕੀ ਜਥੇਬੰਦੀਆਂ ਨੂੰ ਕਿਆ ਉਹ ਮੰਗਾਂ ਬਹੁਤ ਵੱਡੀਆਂ ਨਹੀਂ ਲੱਗਦੀਆਂ ਜਾਂ ਤੁਸੀਂ ਇਸ ਇਸ਼ੂ ਨੂੰ ਸਟਰੋਂਗਲੀ ਚੱਕਿਆ ਤਾਂ ਉਹ ਤੁਹਾਡੇ ਨਾਲ ਨਹੀਂ ਆਉਣਾ ਚਾਹੁੰਦੀਆਂ ਜਾਂ ਅਲੱਗ ਤੌਰ ਤੇ ਦਬਾਅ ਨਹੀਂ ਬਣਾਉਣਾ ਚਾਹੁੰਦੀਆਂ ਇਹ ਸਵਾਲ ਤਾਂ ਤੁਹਾਡਾ ਉਹਨਾਂ ਤੇ ਹੈ ਜੀ ਤੁਸੀਂ ਉਹਨਾਂ ਨੂੰ ਪੁੱਛੋ ਵੀ ਤੁਸੀਂ ਕਾਹਤੋਂ ਨਹੀਂ ਗਏ ਸਾਡੇ ਵਾਸਤੇ ਤਾਂ ਇਹ ਜੇ ਠੀਕ ਲੱਗੀਆਂ ਨੇ ਅਸਾਂ ਇਹ ਮੌਸਮ ਵੀ ਠੀਕ ਲੱਗਿਆ ਸਮਾਂ ਵੀ ਠੀਕ ਲੱਗਿਆ ਇਹ ਜਗ੍ਹਾ ਵੀ ਸਾਨੂੰ ਠੀਕ ਲੱਗੀ ਇਹ ਜਿਹੜੀ ਜਥੇਬੰਦੀ ਕਰਦੀ ਆ ਉਹਨੂੰ ਪਤਾ ਹੁੰਦਾ ਉਹਨੇ ਦੇਖਣਾ ਹੁੰਦਾ ਵੀ ਅਸੀਂ ਇਸ ਨੂੰ ਕਿੰਨਾ ਕੁ ਚਲਾ ਸਕਦੇ ਹਾਂ ਸਾਡੀ ਸਮਰੱਥਾ ਕਿੰਨੀ ਹੈ ਅਸੀਂ ਬੈਠ ਸਕਦੇ ਹਾਂ ਕਿ ਨਹੀਂ ਬੈਠ ਸਕਦੇ ਦੀਵਾਲੀ ਵਾਲੇ ਦਿਨ ਕੰਮ ਵਾਲੇ ਰੁੱਤ ਦੇ ਵਿੱਚ ਸਾਨੂੰ ਸਮਰਥਨ ਮਿਲੂਗਾ ਕਿ ਨਹੀਂ ਮਿਲੂਗਾ ਇਹ ਸਾਰਾ ਕੁਝ ਅਸੀਂ ਦੇਖ ਕੇ ਫੇਰ ਹੀ ਬੈਠੇ ਪਰ ਹੁਣ ਅੱਗੇ ਫਸਲ ਲਾਉਣ ਦਾ ਵੀ ਟਾਈਮ ਆ ਜਾਣਾ ਹੈ ਤੇ ਹੱਲੇ ਕੋਈ ਡੈਡਲੌਕ ਟੁੱਟਦਾ ਨਹੀਂ ਦੇਖ ਰਿਹਾ ਫਿਰ ਦਿੱਕਤ ਨਹੀਂ ਆਊਗੀ ਤੁਹਾਨੂੰ ਸਾਡੀ ਸਮਰੱਥਾ ਹੈਗੀ ਆ ਫਸਲਾਂ ਵੀ ਬੀਜ ਲਾਂਗੇ ਕਣਕਾਂ ਵੀ ਬੀਜ ਲਾਂਗੇ ਝੋਨਾ ਵੀ ਬੀਜ ਲਾਂਗੇ ਤੇ ਮੋਰਚਾ ਚਲਾਉਣ ਦੀ ਸਮਰੱਥਾ ਹੈਗੀ ਹੈ ਕਿਸਾਨ ਜਥੇਬੰਦੀਆਂ ਨੇ ਪੋਲੀਟੀਕਲ ਫੈਸਲੇ ਲੈਣ ਦੀ ਕੋਸ਼ਿਸ਼ ਕੀਤੀ ਉਹਦੇ ਕਾਰਨ ਜਥੇਬੰਦੀਆਂ ਤੇ ਅਲੱਗ ਅਲੱਗ ਇਲਜ਼ਾਮ ਵੀ ਲੱਗੇ ਪਿਛਲੇ ਚੋਣ 'ਚ ਕਈ ਕਿਸਾਨ ਜਥੇਬੰਦੀਆਂ ਨੇ ਚੋਣ ਵੀ ਲੜੀ ਉਹਦੇ ਕਰਕੇ ਕਮਜ਼ੋਰ ਹੋਏ ਆ ਕਿਸਾਨ ਸੰਗਠਨ ਇਹ ਵੇਵ ਹੈ ਮੂਵਮੈਂਟ ਹੈ ਮੂਵਮੈਂਟ ਦੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਰਹੀ ਹੈ ਵੀ ਅਸੀਂ ਇਕੱਠੇ ਅੰਦੋਲਨ ਗਏ ਸੀ ਲੜਨ ਅਤੇ ਇਕੱਠੇ ਜਿੱਤ ਕੇ ਵਾਪਸ ਮੁੜੇ ਇਹਦੇ ਵਿੱਚ ਕੋਈ ਦਫੇੜ ਨਹੀਂ ਇੰਨੇ ਚਿਰ 'ਚ ਉਦੋਂ ਪਿੱਛੋਂ ਦਸ ਜਥੇਬੰਦੀਆਂ ਦੇ ਆਪਦੇ ਆਪਦੇ ਰਾਹ ਨੇ ਕੋਈ ਇਲੈਕਸ਼ਨ ਚਲਾ ਗਿਆ ਕੋਈ ਨਹੀਂ ਗਿਆ ਅਤੇ ਸੰਯੁਕਤ ਮੋਰਚੇ ਦੇ ਪ੍ਰੋਗਰਾਮ ਹੈ ਜਿਹਨੇ 3 ਅਕਤੂਬਰ ਨੂੰ ਅਸੀਂ ਵਰਤੀ ਭੁੱਖ ਮੁਜ਼ਾਹਰੇ ਕਰਕੇ ਹਟੇ ਹਾਂ ਸਾਰੇ ਹਿੰਦੁਸਤਾਨ ਦੇ ਵਿੱਚ ਅਤੇ 26 ਨਵੰਬਰ ਦਾ ਫਿਰ ਰਾਜਧਾਨੀ ਦੇ ਵਿੱਚ ਸਾਰੇ ਹਿੰਦੁਸਤਾਨ ਪੱਧਰ ਦੇ ਪ੍ਰੋਗਰਾਮ ਨੇ ਉਹ ਸੰਯੁਕਤ ਮੋਰਚੇ ਦੇ ਪ੍ਰੋਗਰਾਮ ਆਉਂਦੇ ਨੇ ਅਤੇ ਸਾਰੀਆਂ ਜਥੇਬੰਦੀਆਂ ਲਗਭਗ ਆਪਣੇ ਆਪਣੇ ਤੌਰ 'ਤੇ ਇਹਦੇ ਵਿੱਚ ਐਕਟਿਵ ਨੇ ਕਿਸੇ ਨੂੰ ਚੋਣ ਲੜਨ 'ਤੇ ਅਸੀਂ ਕਿੱਥੇ ਪਾਬੰਦੀ ਲਾ ਸਕਦੇ ਹਾਂ ਕਿਸੇ ਨੇ ਚੋਣ ਲੜ ਲਈ ਕਿਸੇ ਨੇ ਸਪੋਰਟ ਕਰਤੀ ਇਹ ਚੱਲਦਾ ਹੀ ਰਹਿੰਦਾ ਵੱਡੀ ਮੂਵਮੈਂਟ ਹੈ ਵੱਡੀ ਕਲਾਸ ਹੈ ਇਹਦੇ ਵਿੱਚ ਵੱਡੀ ਜਥੇਬੰਦੀਆਂ ਦੇ ਵੱਖ ਵੱਖ ਆਈਡੋਲੋਜੀ ਦੇ ਲੋਕ ਨੇ ਹੁਣ ਅਗਰ ਸੰਯੁਕਤ ਕਿਸਾਨ ਮੋਰਚਾ ਤੁਹਾਨੂੰ ਦਿੱਲੀ ਦੀਆਂ ਜਿਹੜੀਆਂ ਪੈਂਡਿੰਗ ਮੰਗਾਂ ਹੈਗੀਆਂ ਤੁਹਾਡੀਆਂ ਲੈ ਕੇ ਚਾਹੇ MSP ਨੂੰ ਕਾਨੂੰਨੀ ਰੂਪ ਦੇਣ ਦਾ ਹੋਵੇ ਚਾਹੇ ਲਖੀਮਪੁਰ ਖੀਰੀ ਦਾ ਮਸਲਾ ਹੋਵੇ ਚਾਹੇ ਜਿੰਨੀਆਂ FIRਾਂ ਤੁਹਾਡੇ 'ਤੇ ਦਰਜ ਹੋਈਆਂ ਅੰਦੋਲਨ ਦੇ ਦੌਰਾਨ ਉਹਨਾਂ ਨੂੰ ਮੁਕਾਉਣ ਦਾ ਮਸਲਾ ਹੋਵੇ ਜਾਂ ਸਰਕਾਰੀ ਨੌਕਰੀਆਂ ਦੇਣ ਦਾ ਮਸਲਾ ਹੋਵੇ ਜੇ ਸੰਯੁਕਤ ਕਿਸਾਨ ਮੋਰਚਾ ਤੁਹਾਨੂੰ ਦਿੱਲੀ ਦੀ ਕਾਲ ਦਿੰਦਾ ਤੁਸੀਂ ਉਹਨਾਂ ਨਾਲ ਪਾਰਟਿਸਪੇਟ ਕਰੋਗੇ ਅਸੀਂ ਸੰਯੁਕਤ ਮੋਰਚੇ ਦੇ ਵਿੱਚ ਹਾਂ ਸਾਨੂੰ ਸੰਯੁਕਤ ਮੋਰਚਾ ਕਾਰਕਾਰੀ ਦਿਓ ਅਸੀਂ ਸੰਯੁਕਤ ਮੋਰਚੇ ਦੇ ਮੈਂਬਰ ਹਾਂ ਅਸੀਂ ਦੀ ਮੋਰਲੀ ਸਫਾ ਦੇ ਵਿੱਚ ਹਾਂ ਅਸੀਂ ਕਾਲ ਕੀ ਅਸੀਂ ਮੀਟਿੰਗ ਕਰਕੇ ਜੂਮ ਮੀਟਿੰਗਾਂ ਕਰਕੇ ਮੀਟਿੰਗ ਰੱਖਦੇ ਹਾਂ ਜੇ ਸਾਰਿਆਂ ਨੂੰ ਕਾਲ ਕਰਦੇ ਹਾਂ ਤਾਂ ਸਾਰੇ ਹੀ ਆਉਣਗੇ ਜਿੰਨੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ ਲਗਭਗ 50 ਦੇ ਨੇੜੇ ਸੰਯੁਕਤ ਮੋਰਚੇ 'ਚ ਸ਼ਾਮਲ ਨੇ ਅਤੇ ਹਿੰਦੁਸਤਾਨ ਦੀਆਂ ਕੁੱਲ ਜਥੇਬੰਦੀਆਂ ਜਿਨ੍ਹਾਂ ਦੀ ਗਿਣਤੀ 400 ਦੇ ਉੱਤੋਂ ਬਣਦੀ ਹੈ ਉਹ ਸੰਯੁਕਤ ਮੋਰਚੇ 'ਚ ਸ਼ਾਮਲ ਨੇ ਫਿਰ ਤੁਸੀਂ ਇਹ ਕੋਲ ਇਕੱਲੇ ਕਿਉਂ ਲੜ ਰਹੇ ਸੰਯੁਕਤ ਮੋਰਚਾ ਕਿਉਂ ਨਹੀਂ ਲੜ ਰਹੇ ਫਿਰ ਤੁਸੀਂ ਇਹ ਇਕੱਲੇ ਚੈਨਲ ਵਾਲੇ ਕਿਉਂ ਆਏ ਸਾਰਿਆਂ ਨੂੰ ਕਿਉਂ ਨਹੀਂ ਲੈ ਕੇ ਆਏ ਕਾਰਪੋਰੇਟ ਪਾਲਿਸੀ ਔਰ ਲੋਕਾਂ ਦੀਆਂ ਮੰਗਾਂ ਅਲੱਗ ਅਲੱਗ ਹੈ ਜਦੋਂ
ਇਹ ਸਾਡਾ ਤਜਰਬਾ ਵੀ ਹੈ ਕਿ ਸਾਡੇ ਲੋਕ ਲੰਮਾ ਸਮਾਂ ਬਹਿ ਸਕਦੇ ਆ, ਕਿ ਸਾਡੇ ਲੋਕ ਤਿਉਹਾਰ ਛੱਡ ਸਕਦੇ ਆ, ਕਿ ਕੰਮ ਦੀ ਰੁੱਤ ਦੇ ਵਿੱਚ ਸਾਡੇ ਲੋਕ ਅੰਦੋਲਨ ਲੜ ਸਕਦੇ ਆ। ਇਹ ਮੰਗਾਂ ਵੀ ਰੜਕਦੀਆਂ ਨੇ, ਨਾਲ ਸਕੂਲਿੰਗ ਵੀ ਆ। ਪਰ ਇਸ ਟ੍ਰੇਨਿੰਗ ਦੇ ਚੱਕਰ 'ਚ ਕਈਆਂ ਦਾ ਇਮਤਿਹਾਨ ਵੀ ਹੋ ਜਾਂਦਾ ਹੈ। ਗਵਰਨਮੈਂਟ ਲਈ ਤਾਂ ਇਮਤਿਹਾਨ ਹੁੰਦਾ ਹੈ ਨਾ। ਇਹ ਸਭ ਵਾਸਤੇ ਹੈ, ਇਹ ਸਾਡੇ ਕੇਡਰ ਦੇ ਉੱਤੇ ਕੰਫੀਡੈਂਸ ਬਣਦਾ, ਕੇਡਰ ਨੂੰ ਸਾਡੇ 'ਤੇ ਕੰਫੀਡੈਂਸ ਬਣਦਾ। ਇਸ ਕਰਕੇ ਅਸੀਂ ਜੈਨੂਅਨ ਮੰਗਾਂ ਰੱਖ ਕੇ ਬਹੁਤ ਸੀਮਤ, ਅਜੇ ਬੜੀਆਂ ਮੰਗਾਂ ਪਈਆਂ ਨੇ, ਕਰਜ਼ੇ ਵਾਲੀ ਮੰਗ ਪਈ ਹੈ, ਬੇਰੁਜ਼ਗਾਰੀ ਵਾਲੀ ਮੰਗ ਪਈ ਹੈ, ਨਸ਼ੇ ਵਾਲੀ ਮੰਗ ਪਈ ਹੈ, ਖੁਦਕੁਸ਼ੀ ਵਾਲੀ ਮੰਗ ਪਈ ਹੈ, ਵੱਡੀਆਂ ਮੰਗਾਂ 'ਤੇ ਤਾਂ ਅਸੀਂ ਲੜੇ ਨਹੀਂ। ਜਿਹੜੀ ਦਿੱਲੀ ਸਰਕਾਰ ਦੇ ਖਿਲਾਫ ਤੁਹਾਡੀਆਂ ਬਾਕੀ ਜਿਹੜੀਆਂ ਪੈਂਡਿੰਗ ਮੰਗਾਂ ਹੈਗੀਆਂ, ਉਹਦੇ 'ਤੇ ਕਿਸਾਨ ਜਥੇਬੰਦੀਆਂ ਦਾ ਕੀ ਰੁੱਖ ਹੈ ਹੁਣ? ਆਲ ਇੰਡੀਆ ਪੱਧਰ 'ਤੇ ਜਿਹੜਾ ਪ੍ਰੋਗਰਾਮ ਹੋਇਆ 26 ਨਵੰਬਰ ਨੂੰ, ਸਾਰੇ ਦੇਸ਼ ਦੀਆਂ ਰਾਜਧਾਨੀਆਂ ਦੇ ਵਿੱਚ ਮੰਗ ਪੱਤਰ ਦੇਣ ਦਾ ਇੱਕ ਦਿਨ ਦਾ ਐਕਸ਼ਨ ਹੈਗਾ 26 ਨਵੰਬਰ, ਤੁਸੀਂ ਕਰਾਂਗੇ। ਅਤੇ ਲਖੀਮਪੁਰ ਖੀਰੀ ਦਾ ਜਿਹੜਾ ਮਸਲਾ ਸੀ ਉਹਨੂੰ ਲੈ ਕੇ ਉਹ ਵੀ ਵਿੱਚ ਵਿਚਾਰਿਆ? ਉਹ ਵਿੱਚ ਹੈ ਜੀ, ਮੰਗ ਵਿੱਚ ਹੈ, ਲਖੀਮਪੁਰ ਖੀਰੀ ਵਾਲੀ ਵੀ ਵਿੱਚ ਹੈ, ਕੇਸ ਵਾਪਸੀ ਵਾਲੀ ਵੀ ਵਿੱਚ ਹੈ, ਅਤੇ MSP ਦੀ ਗਰੰਟੀ ਕਾਨੂੰਨ ਵਾਲੀ ਵੀ ਵਿੱਚ ਹੈ। ਉਹ 3-4 ਮੰਗਾਂ ਜਿਹੜੀਆਂ ਪੈਂਡਿੰਗ ਰਹਿੰਦੀਆਂ ਨੇ ਮੋਰਚੇ ਨਾਲ ਜੁੜੀਆਂ, ਉਹ ਵਿੱਚ। ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ 'ਚ ਇਸ ਵਕਤ ਕਿਸਾਨ ਜਿਸ ਦੌਰ 'ਚੋਂ ਗੁਜ਼ਰ ਰਿਹਾ, ਇਸ ਦੌਰ 'ਚੋਂ ਕੱਢਣ ਲਈ ਸਰਕਾਰ ਵੱਲੋਂ ਉਨੇ ਉਪਰਾਲੇ ਹੋ ਰਹੇ ਹੈ ਜਥੇਬੰਦੀਆਂ ਲਈ ਜਾਂ ਨਹੀਂ? ਦੇਖੋ, ਜਥੇਬੰਦੀਆਂ ਤਾਂ ਉਪਰਾਲੇ ਜਿੰਨੇ ਕੁ ਉਹਨਾਂ ਤੋਂ ਬਣਦੇ ਆ, ਕਿਉਂਕਿ ਇਸ ਵੇਲੇ ਜਿਹੜੇ ਨੇ ਕਿਰਤੀ ਲੋਕ ਨੇ ਜਿਹੜੇ ਬਹੁਤ ਪੀੜਤ ਆ। ਤੁਸੀਂ ਸਾਰੇ ਜਿਹੜੇ ਲੋਕ ਹੋ ਸਾਡੀ ਜਮਾਤ ਦੇ ਨਾਲ ਜੁੜੇ ਹੋਏ ਹੋ, ਸਾਡੇ ਪਿੰਡਾਂ ਦੇ ਸ਼ਹਿਰਾਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਬੱਚਿਆਂ 'ਚੋਂ ਜੁੜੇ ਹੋਏ, ਮੀਡੀਆ ਨਾਲ ਵੀ ਬਹੁਤ ਸਾਰਾ ਹਿੱਸਾ ਜੁੜਿਆ ਹੋਇਆ। ਅਸੀਂ ਇਹ ਸਮਝਦੇ ਹਾਂ ਵੀ ਇਸ ਵੱਡੀ ਸਮੱਸਿਆ, ਇਹਦਾ ਸਰਕਾਰ ਸੰਸੀਅਰ ਹੋ ਕੇ ਹੱਲ ਕੱਢੇ। ਜਿੰਨਾ ਚਿਰ ਤੱਕ ਇਹ ਬੇਰੁਜ਼ਗਾਰੀ ਵਾਲਾ ਇਸ਼ੂ ਹੈ, ਇਹ ਸਾਰੀਆਂ ਗੱਲਾਂ ਬੇਰੁਜ਼ਗਾਰੀ ਨਾਲ ਜੁੜੀਆਂ ਹੋਈਆਂ ਨੇ। ਗੈਂਗਸਟਰ ਵਾਲੀ ਗੱਲ ਵੀ ਬੇਰੁਜ਼ਗਾਰੀ ਨਾਲ ਜੁੜੀ ਹੈ, ਨਸ਼ਿਆਂ ਵਾਲੀ ਗੱਲ ਵੀ ਬੇਰੁਜ਼ਗਾਰੀ ਨਾਲ ਜੁੜੀ ਹੈ, ਧਰਨੇ ਮੁਜ਼ਾਹਰੇ ਵੀ ਅਕਸਰ ਬੇਰੁਜ਼ਗਾਰੀ ਨੇ, ਜੇ ਖੇਤੀ ਕਿੱਤੇ 'ਚੋਂ ਪ੍ਰੋਫਿਟ ਹੋਵੇ, ਇਹ ਸਾਰੀਆਂ ਗੱਲਾਂ ਬੇਰੁਜ਼ਗਾਰੀ ਨਾਲ ਜੁੜੀਆਂ ਹੋਈਆਂ ਨੇ। ਸਰਕਾਰ ਇਹਦਾ ਜੇ ਹੱਲ ਕੱਢਦੀ ਹੈ ਨਾ, ਤਾਂ ਇਹਨੂੰ ਬੇਸਿਕਲੀ ਇਹਦਾ ਹੱਲ ਕੱਢੇ ਸਰਕਾਰ ਦੇ ਹੱਥ 'ਚ ਹੈ, ਅਤੇ ਸਰਕਾਰ ਹੀ ਕਰ ਸਕਦੀ। ਤੁਹਾਨੂੰ ਲੱਗਦਾ ਇੰਨੀ ਛੇਤੀ ਹੱਲ ਕੱਢਣ ਲਾਇਕ ਸਿਚੁਏਸ਼ਨ ਹੈ ਪੰਜਾਬ 'ਚ? ਇੰਨੀ ਛੇਤੀ ਨਹੀਂ ਹੁੰਦਾ, ਪ੍ਰੋਸੈਸ ਤਾਂ ਸ਼ੁਰੂ ਕਰੇ ਨਾ। ਉਹ ਗਵਰਨਮੈਂਟ ਤਾਂ ਇਹ ਕਲੇਮ ਕਰਦੀ ਹੈ ਕਿ ਵੀ ਉਹਨੇ ਪ੍ਰੋਸੈਸ ਸ਼ੁਰੂ ਕੀਤਾ ਹੋਇਆ ਹਰ ਚੀਜ਼ ਦਾ, ਔਰ ਪਹਿਲੇ ਤੋਂ ਚੀਜ਼ਾਂ ਬਦਲ ਰਹੀਆਂ। ਤੁਸੀਂ ਮੀਡੀਆ ਨਾਲ ਜੁੜੇ ਹੋ, ਸੈਟਿਸਫਾਈ ਹੋ ਵੀ ਸਰਕਾਰ ਨੇ ਕਿਹੜੇ ਤਰੀਕੇ ਕਰਨੇ, ਕਿਹੜੀ ਕੀ ਬੇਸਿਕਲੀ ਸਮੱਸਿਆਵਾਂ ਦਾ ਹੱਲ ਕੀ ਕੱਢਿਆ ਵਾ? ਦੱਸੋ, ਬੇਸਿਕਲੀ ਉਹ ਬੇਰੁਜ਼ਗਾਰੀ ਵਾਲੇ ਪਾਸੇ ਉਹ ਤਾਂ ਫਿਰਦੇ ਨੇ ਜਰਮਨੀ ਵਾਲੇ ਤੋਂ ਬਹੁਰਾਸ਼ਟਰੀ ਕੰਪਨੀਆਂ ਨੂੰ ਇੱਥੇ ਸੱਦਣ ਦੀ ਖਾਤਰ, ਵੀ ਤੁਸੀਂ ਆ ਕੇ ਪੂੰਜੀ ਲਾਓ, ਉਹ ਆਪਦੇ ਪ੍ਰੋਜੈਕਟ ਲਾ ਕੇ ਸਰਕਾਰੀ ਅਦਾਰੇ ਖੋਲ੍ਹ ਕੇ ਸਰਕਾਰੀ ਨੌਕਰੀਆਂ ਦੇਣ। ਉਹ ਤਾਂ ਪ੍ਰਾਈਵੇਟਾਂ ਨੂੰ ਸੰਭਾਲ ਰਹੇ ਨੇ ਜੋ ਕੁਛ ਉਹਨਾਂ ਕੋਲ ਹੈ ਪਹਿਲਾਂ, ਜਿਹੜਾ ਪਬਲਿਕ ਸੈਕਟਰ ਹੈ ਸਾਰਾ ਸਰਕਾਰ ਕਾਰਪੋਰੇਟਾਂ ਦੇ ਹੱਥਾਂ 'ਚ ਦੇ ਜਾਂਦੀ ਹੈ। ਇਹੀ ਮੋਦੀ ਸਰਕਾਰ ਕਰ ਰਿਹਾ, ਉਸੇ ਨੀਤੀ 'ਤੇ ਪੰਜਾਬ ਦੀ ਸਰਕਾਰ ਚੱਲ ਰਹੀ ਹੈ। ਤੁਹਾਨੂੰ ਇਸ ਗੱਲ 'ਤੇ ਇਤਰਾਜ਼ ਹੈ ਵੀ ਕੋਈ ਵੀ ਵੱਡੀ ਕੰਪਨੀਆਂ ਬਾਹਰੋਂ ਪੰਜਾਬ 'ਚ ਆਉਂਦੀਆਂ ਤਾਂ ਇਹ ਨਹੀਂ ਹੋਣਾ ਚਾਹੀਦਾ? ਸਾਨੂੰ ਇਸ ਗੱਲ 'ਤੇ ਇਤਰਾਜ਼ ਹੈ, ਸਾਨੂੰ ਇਸ ਗੱਲ 'ਤੇ ਇਤਰਾਜ਼ ਹੈ, ਜਿਹੜੀ ਪੂੰਜੀ ਪੰਜਾਬ ਦੇ ਵਿੱਚ ਲਾਉਣੀ ਆ ਉਹ ਸਰਕਾਰ ਪੂੰਜੀ ਲਾਵੇ, ਉਹਦਾ ਕਿਤੋਂ ਵੀ ਇਕੋਨਮੀ ਦਾ ਪ੍ਰਬੰਧ ਕਰਕੇ ਸਰਕਾਰ ਪ੍ਰੋਜੈਕਟ ਲਾਵੇ, ਜਿੰਨੇ ਵੀ ਰੁਜ਼ਗਾਰ ਦੇਣੇ ਆ ਠੇਕੇਦਾਰਾਂ ਦੇ ਹੱਥਾਂ 'ਚ ਨਾ ਹੋਣ, ਸਾਡੇ ਬੱਚਿਆਂ ਦੇ ਰੁਜ਼ਗਾਰ ਠੇਕੇਦਾਰਾਂ ਦੇ ਹੱਥਾਂ 'ਚ ਨਾ ਹੋਣ। ਲੇਕਿਨ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਗੈਂਗਸਟਰ ਹੋ ਗਏ, ਬੇਰੁਜ਼ਗਾਰੀ ਹੈ, ਜਦ ਤੱਕ ਇੱਥੇ ਕਾਰਖਾਨੇ ਨਹੀਂ ਲੱਗਣਗੇ ਨੌਕਰੀ ਕਿੱਥੋਂ ਦੇਗੀ ਸਰਕਾਰ? ਕਾਰਖਾਨੇ ਇੰਡਸਟਰੀਆਂ ਲਾ ਦੇਣਾ, ਸਰਕਾਰ ਲਾਵੇ, ਸਰਕਾਰ ਦੇ ਪੱਲੇ ਤਾਂ ਪੈਸੇ ਹੀ ਨਹੀਂ, ਬਾਹਰ ਦੇ ਬੰਦੇ ਹੀ ਆ ਕੇ ਪੈਸੇ ਲਾਉਣਗੇ ਨਾ। ਜਦੋਂ ਫਿਰ ਭਾਜੀ ਫਿਰ ਸਰਕਾਰ ਕਾਹਦੇ ਖਾਤਰ ਹੈ? ਜੇ ਤੁਸੀਂ ਕੰਪਨੀਆਂ ਨੇ ਬਾਹਰਲੇ ਦੇਸ਼ ਦੇ ਵਿੱਚ ਇੱਥੇ ਆ ਕੇ ਕਬਜ਼ਾ ਕਰ ਲੈਣਾ, ਪੈਸੇ ਤੁਹਾਡੇ ਨੇ, ਇੰਡਸਟਰੀਆਂ ਤੁਹਾਡੀਆਂ ਨੇ, ਨੌਕਰ ਅਸੀਂ ਤੁਹਾਡੀਆਂ, ਫਿਰ ਸਰਕਾਰ ਤੋਂ ਕੀ ਲੈਣਾ ਕਿਸੇ ਨੇ? ਜੇ ਸਰਕਾਰ ਹੀ ਆਪਦਾ ਕੰਮ ਹੀ ਨਹੀਂ ਚਲਾ ਸਕਦੀ, ਜੇ ਸਰਕਾਰ ਲੋਕਾਂ ਵਾਸਤੇ ਰੁਜ਼ਗਾਰ ਦੇ ਸਾਧਨ ਨਹੀਂ ਪੈਦਾ ਕਰ ਸਕਦੀ, ਤਾਂ ਸਰਕਾਰ ਕਿਉਂ ਬਣੀ ਆ? ਟੈਕਸ ਨਹੀਂ ਦਿੰਦੇ? ਆਹ ਤੁਹਾਡੇ ਕੋਲ ਕਾਗਜ਼ ਹੈ, ਇਹਤੇ ਵੀ ਟੈਕਸ ਹੈ, ਕੱਪੜੇ ਨੇ ਇਹ 'ਤੇ ਵੀ ਟੈਕਸ ਹੈ, ਘੜੀ ਹੈ ਇਹ 'ਤੇ ਵੀ ਟੈਕਸ ਹੈ, ਆਹ ਜਿੰਨਾ ਸਾਜੋ ਸਮਾਨ ਹੈ ਤੁਹਾਡਾ ਸਾਰਾ ਟੈਕਸ ਅਸੀਂ ਦਿੰਦੇ ਹਾਂ, ਖਾਣ ਵਾਲੀ ਇੱਕ ਇੱਕ ਚੀਜ਼ 'ਤੇ ਅਸੀਂ ਟੈਕਸ ਦਿੰਦੇ ਹਾਂ, ਜੇ ਟੈਕਸ ਦੀ ਜੇ ਘਾਟਾ ਹੋਰ ਲਾ ਦੇਣਾ, ਸਰਕਾਰੀ ਤਾਂ ਨੌਕਰੀ ਤਾਂ ਦੇਵੇ? ਜੇ ਇਹ ਸਭ ਚੀਜ਼ਾਂ ਇੰਨੀਆਂ ਆਸਾਨ ਹੈ, ਕਿਉਂ ਕਿਸਾਨ ਜਥੇਬੰਦੀਆਂ ਚੋਣ ਜਿੱਤ ਕੇ ਆਪ ਫੈਸਲੇ ਨਹੀਂ ਕਰ ਲੈਂਦੀਆਂ? ਸਾਰੇ ਕੰਮ ਸਾਰੇ ਇੱਕ ਅਦਾਰੇ ਨੇ ਨਹੀਂ ਕਰਨੇ ਹੁੰਦੇ, ਚੋਣ ਲੜਨ ਵਾਲੇ ਬਹੁਤ ਹੈ, ਜਦੋਂ ਟਿਕਟਾਂ ਦੀ ਵੰਡ ਹੈ ਕਿੱਡੇ ਰੌਲੇ ਪੈਂਦੇ ਆ, ਚੋਣਾਂ ਦਾ ਇੱਥੇ ਘੱਟ ਨਹੀਂ, ਤੁਸੀਂ ਦੇਖੋ ਪਾਰਟੀਆਂ ਬਹੁਤ ਨੇ, ਜਿੰਨਾ ਕੁ ਸਾਡਾ ਕੰਮ ਸਾਡੇ ਹਿੱਸੇ ਹੈ, ਅਸੀਂ ਕਿਹੜਾ ਸਾਰੀ ਜ਼ਿੰਦਗੀ ਇੱਥੇ ਬੈਠਣਾ, 2 ਸਾਲ ਨਾ ਪਤਾ ਨਹੀਂ 3 ਸਾਲ, ਜਿਹੜਾ ਸਾਡੇ ਹਿੱਸੇ ਅਸੀਂ ਕਰੀ ਜਾਂਦੇ ਹਾਂ, ਜਿਹੜਾ ਆਹ ਸਵਾਲ ਹੈ ਇਹ ਤੁਸੀਂ ਉਹਨਾਂ ਚੋਣ ਵਾਲੇ ਤੁਹਾਨੂੰ ਬਥੇਰੇ ਮਿਲ ਜਾਣਗੇ, ਉਹਨਾਂ ਨਾਲ ਕਰ ਲਓ। ਸੰਗਰੂਰ ਦਾ ਇਹ ਮੋਰਚਾ ਅਸੀਂ ਚਾਹੁੰਦੇ ਹਾਂ ਕਿ ਕਿਸੇ ਤਰ੍ਹਾਂ ਖਤਮ ਹੋਵੇ, ਔਰ 1 ਸਾਲ ਦੇ ਅੰਦਰ ਅੰਦਰ ਅਸੀਂ ਬਹੁਤ ਵੱਡਾ ਸਿੰਘੂ ਟਿਕਰੀ 'ਚ ਅਸੀਂ ਬਹੁਤ ਮੋਰਚਾ ਦੇਖਿਆ, ਕਿਸਾਨ ਭਰਾਵਾਂ ਨੇ, ਬਜ਼ੁਰਗਾਂ ਨੇ ਜਾ ਕੇ ਉੱਥੇ ਲੰਮੇ ਟਾਈਮ ਤੱਕ ਸੰਘਰਸ਼ ਕੀਤਾ, ਲੇਕਿਨ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਹਰ ਵਾਰ ਤਿਉਹਾਰ ਆਪਣੇ ਘਰ ਮਨਾਉਣ, ਔਰ ਸਰਕਾਰਾਂ ਵੀ ਇਹਨਾਂ ਦੀ ਗੱਲ ਸੁਣਨ, ਔਰ ਜਿਸ ਤਰ੍ਹਾਂ ਮਸਲਾ ਖਤਮ ਹੋ ਸਕਦਾ ਹੈ ਉਹ ਮਸਲਾ ਖਤਮ ਕਰਨਾ ਚਾਹੀਦਾ ਹੈ, ਕੁਛ ਇਹਨਾਂ ਦੀ ਸੁਣ ਲਓ, ਕੁਛ ਉਹਨਾਂ ਦੀ ਰੱਖ ਲਓ। ਲੇਕਿਨ ਅਸੀਂ ਉਗਰਾਹਾਂ ਸਾਹਿਬ ਨਾਲ ਗੱਲ ਇੱਥੇ ਹੀ ਮੁਕਾਉਂਦੇ ਹਾਂ, ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਔਰ ਉਗਰਾਹਾਂ ਜਥੇਬੰਦੀ ਦੀ ਗੱਲ ਵੀ ਛੇਤੀ ਮੁੱਕ ਜਾਏਗੀ ਅਤੇ ਧਰਨਾ ਵੀ ਮੁੱਕ ਜਾਏਗਾ। ਬਹੁਤ ਬਹੁਤ ਸ਼ੁਕਰੀਆ ਉਗਰਾਹਾਂ ਸਾਹਿਬ, ਧੰਨਵਾਦ। ਇਸ ਪੂਰੇ ਇੰਟਰਵਿਊ 'ਤੇ ਤੁਸੀਂ ਆਪਣਾ ਫੀਡਬੈਕ ਮੈਨੂੰ